आगे कुछ काम जरूरी है इसे फिर मस्ती लगाऊंगी। इसके आगे अगर मैंने टूल एंड डाई का काम कोई अच्छा लगे हो तो मेरी अजय यंग एज थी बचपन समय का होगी जवानी होगी आप उस टाइम पर असं ये देखते हैं साढ़ा एक एम होता है कि एक अच्छा घर चाहिए है अच्छी इंडस्ट्री चाहिए है सब कुछ अपना भी होना चाहिए है कुछ वक्रा ना चाहिए है कम भी ऐसा चाहिए है कि जो तो इनकम के नाल ना कोई देश को भी सर्व कर सकी है क्योंकि जवानी एक ऐसी होंगी है जो असी देश का एक नारा होता है कि जय जवान जय किसान जी का एक नारा सी हाँ जी अपने देश बारे सोचना तो उस टाइम तो इदा एक दिमाग ख्याल होता है कुछ वक्रा गया उदो फिर लुधियाने के रिवर्स इंजीनियरिंग का काम शुरू किया टूल एंड डाई जिदा कि रबड़ के पार्ट्स ने प्लास्टिक पार्ट्स ने या होर कई कुछ ने तो सो इस काम को ये एक डिजाइनिंग होती है रिवर्स इंजीनियरिंग होती है जिस तो सारी इंडस्ट्री अगे मूव कर रही है वो स्टार्टिंग जी है डाई तो हुई है सो जो असी मोल्ड बनाने शुरू किए डाई बनाने शुरू की हौली हौली इन्नी कि ज़्यादा इंप्रूवमेंट लेके आई कि बहुत एक वधिया किस्म के असी मोल्ड बनाए और एक नाम भी कमाया और असी उन्होंने एक्सपोर्ट भी किया बाहर भी भेजा तो अज असी हौली हौली पहुँचते पहुँचते अज मैं इस स्टेज तक पहुँच गया कि हम असी यूएसए और कैनेडा और हो बहुत सारे कंट्री में एक्सपोर्ट भी करते हैं बहुत सारे एडल असं बना दी ਤੁਸੀਂ ਆਪਣਾ ਡਾਈ ਦੇ ਸਿਸਟਮ ਤੋਂ ਸ਼ੁਰੂਆਤ ਕੀਤੀ ਤੇ ਅੱਜ ਜੇਕਰ ਗੱਲ ਕਰੀਏ 28 ਸਾਲ ਦੀ ਤੁਹਾਡੀ ਇਸ ਕਾਰਜਕਾਲ ਦੇ ਦੌਰਾਨ ਤੁਸੀਂ ਹੁਣ ਤੱਕ ਕਿੰਨੀਆਂ ਅਚੀਵਮੈਂਟ ਲੈ ਚੁੱਕੇ ਹੋ ਦੇਖੋ ਜੀ ਸਭ ਤੋਂ ਵੱਡੀ ਅਚੀਵਮੈਂਟ ਹੁੰਦੀ ਹੈ ਮਨ ਨੂੰ ਖੁਸ਼ ਮਨ ਦਾ ਸਕੂਨ ਮਨ ਦਾ ਸਕੂਨ ਇਹ ਹੈ ਕਿ ਮੇਰੇ ਆਲੇ ਦੁਆਲੇ ਦੇ ਲੋਕ ਮੇਰੇ ਦੇਸ਼ ਦੇ ਲੋਕ ਮੈਂ ਜਿਹੜਾ ਕੰਮ ਕਰ ਰਿਹਾ ਜਿਹੜਾ ਵੀ ਕੰਮ ਕਰ ਰਿਹਾ ਉਹਦਾ ਕੋਈ ਨੁਕਸਾਨ ਨਹੀਂ ਕਰ ਰਿਹਾ ਕੋਈ ਪੋਲੂਸ਼ਨ ਤਾਂ ਨਹੀਂ ਕਰ ਰਿਹਾ कोई मैं अपने अंदर कोई इदा का तेजाब तो नहीं पैदा कर रहा कोई फैक्ट्री के अंदर कोई जमीन के बच्चे नहीं पा रहा बोल्ट तो नहीं पा रहा लोगों की सेहत में खिलवाड़ तो नहीं कर रहा सब तो पहले ये सोच होनी चाहिए और उस तो जो कमाई कर रहे हैं वो ठीक तरीके ना कर देश के भी काम आ रहे कोई नुकसान तो नहीं कर रहे जा कोई टैक्स की चोरी तो नहीं हो रही कुछ कोई जो वर्कर मेरे को काम करते हैं वो सारे खुश ने सैटिस्फाई ने यह सब कुछ होंगे है ਇਹਦੇ ਨਾਲ ਮਨ ਨੂੰ ਜਿੱਥੇ ਖੁਸ਼ੀ ਮਿਲਦੀ ਹੈ ਇਹੀ ਸਭ ਤੋਂ ਵੱਡੀ ਚੀਜ਼ ਹੈ ਤੁਸੀਂ ਇਹ ਗੱਲ ਕਰਕੇ ਜਵਾਨੀ ਦੇ ਵਿੱਚ ਤੁਸੀਂ ਜਦੋਂ ਇਸ ਲਾਈਨ ਦੇ ਵਿੱਚ ਹੈ ਤਾਂ ਸੋਚਿਆ ਕਿ ਲੁਧਿਆਣਾ ਦੇ ਵਿੱਚ ਆਪਾਂ ਆਪਣੀ ਕਿਸਮਤ ਅਜ਼ਮਾਈਏ ਇਸ ਲਾਈਨ ਦੇ ਵਿੱਚ ਪਰ ਜਦੋਂ ਕਿ ਜਵਾਨੀ ਦੀ ਉਮਰ ਤੇ ਸਾਡਾ ਪੰਜਾਬੀ ਸੋਚਦਾ ਕਿ ਕਿਉਂ ਨਾ ਆਪਾਂ ਆਪਣੀ ਕਿਸਮਤ ਅਜ਼ਮਾਈਏ ਇੰਡੀਆ ਤੋਂ ਬਾਹਰ ਜਾ ਕੇ ਤੇ ਉਸ ਸਮੇਂ ਵੀ ਸਾਡੇ ਨੌਜਵਾਨੀ ਸੋਚ ਵਾਲੀ ਸੀ ਉਹ ਤੁਹਾਡੇ ਦਿਮਾਗ ਵਿੱਚ ਇਹ ਗੱਲ ਨਹੀਂ ਆਈ ਨਹੀਂ ਉਸ ਟਾਈਮ ਤੇ ਇਹ ਨਹੀਂ ਕੋਈ ਨਹੀਂ ਚਾਹ ਰਹੀ ਸੀ ਕਿਉਂਕਿ ਐਜੂਕੇਸ਼ਨ ਠੀਕ ਸੀ ਬੇਸ ਅੱਛਾ ਸੀ ਟੈਕਨੀਕਲ ਮਾਈਂਡ ਸੀ ਸਾਡੇ ਕੋਲ ਜਿੰਨਾ ਇਸ ਟਾਈਮ ਕਿਉਂਕਿ ਮੈਂ ਬਾਹਰ ਵੀ ਜਾਣਾ ਦੇਖਦਾ ਕੈਨੇਡਾ ਬੱਚੇ ਬਹੁਤ ਜਾ ਰਹੇ ਨੇ ਮੈਂ ਪਿੱਛੇ ਕੈਨੇਡਾ ਵੀ ਗਿਆ ਜਿਹਨਾਂ ਬੱਚਿਆਂ ਨੂੰ ਕਈ ਵਾਰ ਇੱਥੇ ਸੀਚ ਵੀ ਜਾਂਦਾ ਇਹ ਗੱਲ ਕਹਿੰਦਾ ਹੈ ਕਿ ਤੁਸੀਂ ਬਾਹਰ ਜਾਂਦੇ ਹੋ ਹੁਣ ਕੈਨੇਡਾ ਜਾਂਦੇ ਕੈਨੇਡਾ ਸਭ ਬੱਚੇ ਇਸ ਲਈ ਭਰ ਗਏ ਜੇ ਕਿਸੇ ਨੂੰ ਪੁੱਛੇ ਕੈਨੇਡਾ ਜਾਣਾ ਹਾਂਜੀ ਹਾਂਜੀ ਜਾਣਾ ਜੀ ਕਾਰਨ ਕੀ ਹੈ ਉੱਥੇ ਜਾ ਕੇ ਅਸੀਂ ਨੌਕਰੀ ਕਰਨੀ ਹੁਣ ਬਿਜ਼ਨਸ ਕਰਨਾ ਹੈ ਐਂਟਰਪ੍ਰੀਨਿਓਰ ਬਣਨਾ ਹੈ ਅਸਲ 'ਚ ਐਂਟਰਪ੍ਰੀਨਿਓਰ ਬਣ ਕੇ ਹੀ ਤੁਸੀਂ ਜ਼ਿੰਦਗੀ ਦਾ ਇੱਕ ਸਵਾਦ ਇੱਕ ਮਜ਼ਾ ਲੈ ਸਕਦੇ ਹੋ ਇੱਕ ਬਲਵੀ 'ਤੇ ਜਾ ਸਕਦੇ ਤੁਹਾਡੀ ਲਾਈਫ ਇੱਕ ਵੇ ਚੱਲੀ ਰਹੀ ਹਿੰਦੁਸਤਾਨ ਦੀ ਆਬਾਦੀ 135 ਕਰੋੜ ਜਿੰਨਾ ਮਾਲ ਤੁਸੀਂ 135 ਕਰੋੜ ਨੂੰ ਦੇ ਸਕਦੇ ਹੋ 4.25 ਕਰੋੜ ਆਬਾਦੀ ਹੈ ਕੈਨੇਡਾ ਪ੍ਰੇਮ ਤੋਂ ਹੁਣ ਤੁਸੀਂ ਉਹਨੂੰ 4.25 ਕਰੋੜ ਨੂੰ ਕੀ ਬਣਾ ਕੇ ਕੀ ਵੇਚੋ ਤੁਸੀਂ ਉਹ ਟਾਰਗੇਟ ਜਿਹੜੇ ਆ ਉਹ ਤੁਹਾਡੇ ਬੜੇ ਛੋਟੇ ਰਹਿੰਦੇ ਤੁਸੀਂ ਉੱਥੇ ਇੰਡਸਟਰੀ ਕਿੱਦਾਂ ਚਲਾਓ ਔਰ ਜੋ ਇੰਡਸਟਰੀ ਚਲਾ ਕੇ ਇੰਡੀਆ 'ਚ ਤੁਸੀਂ ਕੰਮ ਕਮਾਈ ਕਰ ਸਕਦੇ ਹੋ ਪੈਸੇ ਕਮਾ ਸਕਦੇ ਹੋ ਇਸ ਨੂੰ ਵੱਡਾ ਬੁਲੰਦੀ ਤੱਕ ਲੈ ਜਾ ਸਕਦੇ ਹੋ ਤੁਸੀਂ ਹੋਰ ਵੀ ਕਿਤਾਬ ਲਿਆ ਸਕਦੇ ਦੂਜੀ ਗੱਲ ਮਾਫ ਕਰੋ ਸਰ ਤੁਹਾਡੀ ਗੱਲ ਵਿੱਚ ਕਰਦੀ ਹਾਂ ਇੱਕ ਮਿੰਟ ਮੇਰਾ ਕੁਝ ਵਿੱਚ ਰਹਿ ਜਾਏਗਾ ਤੁਹਾਡੀ ਅੱਜ ਪਹਿਚਾਣ ਹੈ ਲੋਕਾਂ ਦੇ ਵਿੱਚ ਇੱਕ A1 ਬਿਜ਼ਨਸਮੈਨ ਦੇ ਰਿਗਾਰਡਿੰਗ ਕਿਉਂਕਿ ਇੰਡਸਟਰੀ ਮਾਲਕ ਦੇ ਰਿਗਾਰਡਿੰਗ ਬਟ ਤੁਹਾਡੀ ਜਿਹੜੀ ਤੁਸੀਂ ਹੁਣੇ ਇੱਕ ਪੁਆਇੰਟ ਦਿੱਤਾ ਹੈ ਉਹ ਪੁਆਇੰਟ ਦੇ ਵਿੱਚ ਤੁਹਾਡੇ ਸ਼ਬਦ ਦਰਸਾ ਰਹੇ ਨੇ ਕਿ ਤੁਸੀਂ ਇੱਕ ਬੈਸਟ ਸੇਲਮੈਨ ਹੋ ਕੋਈ ਆਪਣੀ ਪ੍ਰੋਡਕਟ ਨੂੰ ਕਿੱਥੇ ਸੇਲ ਕਰਨਾ ਤੇ ਕਿਸ ਤਰ੍ਹਾਂ ਸੇਲ ਕਰਨਾ ਹੈ 4 ਕਰੋੜ ਵਾਲੀ ਆਬਾਦੀ ਦੇ ਵਿੱਚ ਕਰਨਾ ਹੈ ਜਾਂ ਆਪਾਂ ਇੰਡੀਆ ਵਾਲੀ ਆਬਾਦੀ ਦੇ ਵਿੱਚ ਕਰਨਾ ਇਹ ਵਿਚਾਰ ਤੁਹਾਨੂੰ ਕਿੱਥੋਂ ਘੁਰਦੇ ਨੇ ਦੇਖੋ ਜੀ ਇਹ ਤਾਂ ਓਬਵੀਅਸ ਹੀ ਹੈ ਕਿ ਜਿੱਥੇ ਆਬਾਦੀ ਜ਼ਿਆਦਾ ਹੈ ਉੱਥੇ ਮਾਲ ਜ਼ਿਆਦਾ ਦੇ ਕੋਲ ਔਰ ਜਿੰਨਾ ਮੀਡੀਅਮ ਵਰਗ ਸਾਡਾ ਇੰਡੀਆ 'ਚ ਹੈ ਉਹਨਾਂ ਕਿਤੇ ਵੀ ਨਹੀਂ ਹੈ ਔਰ ਜਿੰਨਾ ਮਾਲ ਸਾਡੇ ਵੇਖ ਸਕਦਾ ਉਹਨੇ ਕਿਤੇ ਵੇਖ ਨਹੀਂ ਸਕਦਾ ਅੱਜ ਪੂਰੀ ਦੁਨੀਆ ਦੀ ਨਜ਼ਰ ਜਿਹੜੀ ਆ ਉਹ ਹਿੰਦੁਸਤਾਨ ਦੀ ਬਣੀ ਹੋਈ ਹੈ ਜੀ ਪੂਰੀ ਦੁਨੀਆ ਦੀ ਨਜ਼ਰ ਔਰ ਜੇ ਅਸੀਂ ਆਪਣੇ ਦੇਸ਼ 'ਚ ਰਹਿ ਕੇ ਆਪਣੇ ਮੁਲਕ 'ਚ ਬਹਿ ਕੇ ਆਪਣੇ ਲੋਕਾਂ ਦੇ ਵਿੱਚ ਨਹੀਂ ਕੰਮ ਕਰ ਸਕਦੇ ਤਾਂ ਫਿਰ ਅਸੀਂ ਕਿੱਥੇ ਕਰਾਂਗੇ ਜਿੰਨਾ ਖੁਸ਼ ਅਸੀਂ ਆਪਣੇ ਲੋਕਾਂ 'ਚ ਹੋ ਸਕਦੇ ਹਾਂ ਉਹਨਾਂ ਅਸੀਂ ਕਿਤੇ ਹੋਰ ਨਹੀਂ ਹੋ ਸਕਦੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ
जो असं देश तो बहर जाते हैं, चलो ठीक है सू इंग्लिश भी आदि है, दूसरी भाषा भी आदि ने पढ़ भी जाते हैं, पर एक माँ बोली, माँ बोली को कहने सभी माता है, यह धरती माता जिते अभी जन्म लिया, इतों की मिट्टी की खिच है। जो तुम पंजाबी बोलते हो, अपनी भाषा बोलते हो, तो तुम्हें कुछ सोचना नहीं पड़ता। जिदा हम मैं तुम्हें स्पीच दे रहे हैं, तुम्हें सोचना नहीं पड़ता। जो तुम किसी दूजी भाषा च बोलते हो, तो पहला थोड़ा दिमाग उन्होंने ट्रांसलेट कर, तो दिमाग थोड़ा थक जाए। तो जिन्ना तुम सुकून अपनी भाषा च अपने लोगों या अपनी मिट्टी च करते हो, वो बाहर जाकर उन्हें सुकून मिलेगा। ਤੇ ਆਪਣੀ ਗੱਲ ਦੇ ਦੁਆਰਾ ਫਿਰ ਉਹਦੀ ਅਚੀਵਮੈਂਟ ਦੀ ਤੁਸੀਂ 28 ਸਾਲ ਦੇ ਵਿੱਚ ਕਿਹੜੀਆਂ ਕਿਹੜੀਆਂ ਅਚੀਵਮੈਂਟ ਲਈ ਹੈ? ਦੇਖੋ ਜੀ, ਸਭ ਤੋਂ ਵੱਡੀ ਅਚੀਵਮੈਂਟ ਹੈ ਕਿ ਅੱਜ ਅਸੀਂ ਜੋ ਮਟੀਰੀਅਲ ਹੈ ਉਹ ਆਊਟ ਆਫ ਇੰਡੀਆ ਐਕਸਪੋਰਟ ਕਰ ਰਹੇ ਹਾਂ, ਬਾਹਰ ਜਾ ਰਹੇ ਹਾਂ, ਔਰ ਇੰਜੀਨੀਅਰਿੰਗ ਆਈਟਮ ਦਾ ਐਕਸਪੋਰਟ ਕਰ ਰਹੇ ਹਾਂ ਜੀ। ਇੱਦਾਂ ਨਹੀਂ ਹੈ ਕਿ ਅਸੀਂ ਕੁਝ ਬਣਿਆ ਬਣਾਇਆ ਜਾਂ ਕੁਝ ਸਬਜ਼ੀਆਂ ਜਾਂ ਹੋਰ ਕੁਝ ਚੀਜ਼ਾਂ ਬੀਜ ਰਹੇ ਹਾਂ, ਅਸੀਂ ਇੰਜੀਨੀਅਰਿੰਗ ਦੀ ਆਈਟਮ ਜੀ, ਔਰ ਟੈਕਨੀਕਲ ਆਈਟਮਾਂ ਜਿਹੜੀਆਂ ਅਸੀਂ ਇੱਥੇ ਪ੍ਰੋਡਕਟ ਜਿਹੜੇ ਗੱਲ ਕਰਦੇ ਹਾਂ। ਈਵਨ ਸਾਡੇ ਬਾਇਰ ਨੇ ਸਾਡੇ ਕੋਲੋਂ ਕੁਛ ਸਾਈਨਿੰਗ ਅਥਾਰਟੀ ਲਈਆਂ ਨੇ, ਸਾਡੇ ਕੋਲ ਸਾਈਨ ਕਰਵਾ ਕੇ ਲਿਆ ਉਹਨਾਂ ਨੇ ਕਿ ਤੁਸੀਂ ਕੁਛ ਵੀ ਆਈਟਮ ਜਿਹੜੀ ਲੈਣੀ ਹੈ ਉਹ ਬਾਹਰੋਂ ਚਾਈਨਾ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਲੈ ਕੇ ਨਹੀਂ ਦੇਣੀ। ਉਹ ਅਸੀਂ ਸਾਰੀਆਂ ਇੱਥੇ ਗੱਲ ਕਰਦੇ ਹਾਂ, ਕੀਤੀਆਂ ਨੇ, ਉਹ ਬੜੇ ਖੁਸ਼ ਨੇ, ਉਹ ਸਾਡੀ ਬੜੀ ਵੱਡੀ ਅਚੀਵਮੈਂਟ ਹੈ ਕਿ ਅਸੀਂ ਆਪਣੇ ਦੇਸ਼ 'ਚ ਆਪਣੇ ਮੁਲਕ 'ਚ ਚੀਜ਼ਾਂ ਬਣਾ ਕੇ ਆਪਣੇ ਪੰਜਾਬ ਦੀ ਧਰਤੀ 'ਤੇ ਬਣਾ ਕੇ ਦੁਨੀਆ ਨੂੰ ਸਰਵ ਕਰ ਰਹੇ ਹਾਂ ਜੀ। ਇੱਕ ਜਦੋਂ ਸਾਡੀ ਸਿਟੀਲਾਈਟ ਟੀਮ ਤੁਹਾਡੀ ਫੈਕਟਰੀ ਦੇ ਅੰਦਰ ਐਂਟਰ ਕਰਿਆ ਤੇ ਸਾਨੂੰ ਇੱਕ ਵੱਖਰਾ ਮਾਹੌਲ ਮਿਲਿਆ, ਕਿਉਂਕਿ ਜਿੱਥੇ ਅਨਦਰ ਫਰਮਾਂ ਦੇ ਵਿੱਚ ਪ੍ਰਵਾਸੀ ਭਾਈਚਾਰਾ ਵਰਕ ਕਰ ਰਿਹਾ, ਉੱਥੇ ਤੁਸੀਂ ਆਪਣੇ ਕੰਪਿਊਟਰ ਤੇ ਆਪਣੇ ਲੀਗਲ ਵਰਕਰੀ ਤੇ ਪੰਜਾਬੀ ਮੁੰਡੇ ਵੀ ਬਿਠਾਏ ਹੋਏ। ਦੇਖੋ ਜੀ, ਪੰਜਾਬੀ ਨਾਲ ਗੱਲ ਕਰਦੇ ਹਾਂ, ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਅਸੀਂ ਪੰਜਾਬੀ ਬੋਲਦੇ ਹਾਂ, ਆਪਣੀ ਮਾਂ ਬੋਲੀ ਬੋਲਦੇ ਹਾਂ, ਤਾਂ ਸਾਨੂੰ ਇੱਕ ਸਕੂਨ ਮਿਲਦਾ। ਪਹਿਲੀ ਗੱਲ ਤਾਂ ਸਾਨੂੰ ਹਮਕੋ ਤੁਮਕੋ ਨਹੀਂ ਕਰਨਾ ਪੈਂਦਾ, ਲੇਬਰ ਲਿਆਵਾਂਗੇ। ਸਾਡੇ ਪੰਜਾਬੀ ਜਿਹੜੇ ਬੰਦੇ ਨੇ ਇੱਥੇ ਪੰਜਾਬ ਦੇ ਵਿੱਚ ਇਸ ਟਾਈਮ 'ਤੇ, ਅਗਰ ਉਹ ਵਿਹਲੇ ਨੇ ਔਰ ਜਿੰਨਾ ਦਿਮਾਗ ਉਹਨਾਂ ਦਾ ਕੰਮ ਕਰਦਾ, ਉਹਨਾਂ ਨੂੰ ਸਮਝਾਉਣ ਲੱਗਿਆ ਸਾਨੂੰ ਜਿੰਨਾ ਈਜ਼ੀ ਹੈ, ਉਹਨਾਂ ਕਿਸੇ ਹੋਰ ਭਾਸ਼ਾ 'ਚ ਸਮਝਾਉਣਾ ਵੀ ਸਾਨੂੰ ਔਖਾ ਹੈ। ਔਰ ਦੂਸਰੀ ਗੱਲ ਹੈ ਕਿ ਸਾਡੇ ਜਿਹੜੇ ਪੰਜਾਬੀ ਲੋਕ ਨੇ, ਉਹ ਦਿਮਾਗ ਉਹਨਾਂ ਦੇ ਤੇਜ਼ ਨੇ, ਅੱਛੇ ਦਿਮਾਗ ਰੱਖਦੇ ਨੇ, ਵੱਡੇ ਦਿਮਾਗ ਦੇ ਲੋਕ ਨੇ, ਖੁਸ਼ ਮਿਜਾਜ ਨੇ, ਔਰ ਇਹ ਕਦਰ ਕਰਦੇ ਨੇ, ਇੱਜ਼ਤ ਕਰਦੇ ਨੇ। ਉਹ ਸਾਡੇ ਮੇਰੇ ਕੋਲ ਇੱਥੇ 16-17 ਸਾਲ ਤੋਂ ਵੀ ਬੰਦੇ ਕੰਮ ਕਰ ਰਹੇ ਨੇ, ਪੁਰਾਣੇ ਬੰਦੇ ਨੇ ਸਾਰੇ, ਔਰ ਉਹ ਬੜੀ ਇੱਜ਼ਤ ਕਰਦੇ ਨੇ। ਜਿੱਥੇ ਉਹ ਮੇਰੀ ਰਿਸਪੈਕਟ ਕਰਦੇ ਨੇ, ਮੈਂ ਉਹਨਾਂ ਦੀ ਰਿਸਪੈਕਟ ਕਰਦਾ ਹਾਂ। ਆਪਣੇ ਲੋਕ ਨੇ, ਆਪਣਾ ਜਿਹਾ ਮਹਿਸੂਸ ਹੁੰਦਾ, ਇੱਕ ਆਪਣਾਪਨ ਮਹਿਸੂਸ ਹੁੰਦਾ। ਔਰ ਜਦੋਂ ਅਸੀਂ ਦੂਸਰੇ ਜੇ ਇਹ ਤਾਂ ਅਸੀਂ ਦੂਜੇ ਬੰਦੇ ਰੱਖੀਏ ਨਾ, ਕਿ ਸਾਡੇ ਕੋਲ ਆਪਣੀ ਲੇਬਰ ਨਾ ਹੋਵੇ, ਜਦੋਂ ਸਾਡੇ ਕੋਲ ਆਪਣੇ ਸਕਿੱਲਡ ਲੋਕ ਹੈ ਨੇ, ਫਿਰ ਅਸੀਂ ਦੂਜੇ ਬੰਦੇ ਕਿਉਂ ਲੈ ਕੇ? ਇਹ ਸਾਨੂੰ ਆਪਣੇ ਪੰਜਾਬ ਵਾਸਤੇ ਵੀ ਸੋਚਣਾ ਚਾਹੀਦਾ, ਹਰ ਇੱਕ ਦੀ ਸੋਚ ਹੋਣੀ ਚਾਹੀਦੀ ਹੈ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੰਜਾਬੀ ਮੁੰਡੇ ਅਗਰ ਤੁਹਾਡੇ ਕੋਲ ਆਉਂਦੇ ਨੇ, ਮੈਨੂੰ ਚਾਹ ਚੜ੍ਹ ਜਾਂਦਾ ਜਦੋਂ ਪੰਜਾਬੀ ਮੁੰਡੇ ਆਉਂਦੇ ਨੇ ਮੇਰੇ ਕੋਲ ਫੈਕਟਰੀ ਵਿੱਚ ਕੰਮ ਤੇ, ਲੈਂਦੇ ਤਾਂ ਬੜਾ ਖੁਸ਼ ਹੋਣਾ। ਮੈਂ ਤੁਹਾਨੂੰ ਕਹਿੰਦਾ, ਆਓ ਜੀ, ਜੀ ਆਇਆਂ ਨੂੰ ਬਿਠਾ ਕੇ ਉਹਨਾਂ ਦਾ ਨੰਬਰ ਲੈਣਾ, ਬਕਾਇਦਾ ਉਹਨਾਂ ਦੇ ਗੱਲਬਾਤ ਕਰਦਾ, ਔਰ ਜਿੱਦਾਂ ਮੈਨੂੰ ਜ਼ਰੂਰਤ ਹੁੰਦੀ ਹੈ ਮੈਂ ਫੋਨ ਕਰਕੇ ਮੈਨੂੰ ਬੁਲਾਵਾਂਗੀ ਜੀ। ਅੱਛਾ, ਤੇ ਇਸ ਲੋਕਡਾਊਨ ਦੌਰਾਨ ਜੇਕਰ ਦੇਖਿਆ ਜਾਵੇ ਤਾਂ ਇੰਡਸਟਰੀ ਦੇ ਜਿਹੜਾ ਪ੍ਰਵਾਸੀ ਭਾਈਚਾਰਾ ਲੇਬਰ ਹੈ ਉਹ ਲੁਧਿਆਣਾ ਛੱਡ ਕੇ ਜਾ ਰਹੀ, ਔਰ ਇੰਡਸਟਰੀ ਵਾਲੇ ਬੜੇ ਹੀ ਟੈਨਸ਼ਨ ਵਿੱਚ ਨੇ। ਤੇ ਤੁਸੀਂ ਜਿਸ ਤਰ੍ਹਾਂ ਆਪਣੇ ਪੰਜਾਬ ਨੂੰ ਔਰ ਆਪਣੇ ਪੰਜਾਬੀਆਂ ਨੂੰ ਉੱਚਾ ਚੁੱਕਣ ਲਈ ਤੁਸੀਂ ਇੱਕ ਇਹ ਹਮਲਾ ਰੱਖਿਆ ਹੋਇਆ ਆਪਣੀ ਫੈਕਟਰੀ ਦੇ ਆਪਣੀ ਫਰਮ ਦੇ ਵਿੱਚ, ਉਹਨਾਂ ਨੂੰ ਤੁਸੀਂ ਉਹ ਇੰਡਸਟਰੀ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਸਿਰਫ ਪ੍ਰਵਾਸੀ ਭਾਈਚਾਰੇ ਦੇ ਸਿਰ ਦੇ ਉੱਤੇ ਆਪਣੀ ਇੰਡਸਟਰੀ ਰੱਖੀ ਬੈਠੇ? ਦੇਖੋ ਜੀ, ਮੈਂ ਤਾਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਪੰਜਾਬੀ ਪਿੰਡਾਂ ਦੇ ਵਿੱਚ ਜਿੱਥੇ ਵੀ ਹਨ, ਉਹਨਾਂ ਨੂੰ ਬੇਨਤੀ ਕਰੋ ਲੈ ਕੇ ਆਓ, ਇੰਡਸਟਰੀ 'ਚ ਲੈ ਕੇ ਆਓ। ਬਹੁਤ ਲੋਕ ਬੇਰੁਜ਼ਗਾਰ ਨੇ, ਉਹਨਾਂ ਕੋਲ ਕੰਮ ਨਹੀਂ, ਅਗਰ ਉਹ ਕੰਮ 'ਤੇ ਆਉਂਦੇ ਨੇ, ਮੈਂ ਦੇਖਿਆ ਕਿ ਫੋਕਲ ਪੁਆਇੰਟ ਦੇ ਵਿੱਚ ਇਹ ਆਮ ਜੀ ਗੱਲ ਸੀ, ਜਿਹੜੇ ਫੈਕਟਰੀਆਂ ਦੇ ਵਿੱਚ ਬਈਏ ਜਾਂ ਪ੍ਰਵਾਸੀ ਮਜ਼ਦੂਰ ਜਿਹੜੇ ਫੋਰਮੈਨ ਜਾਂ ਉਹ ਗੇੜਦੇ ਹੁੰਦੇ ਸੀ, ਜਦੋਂ ਕੋਈ ਪੰਜਾਬੀ ਆਉਂਦਾ ਸੀ ਉਹਨਾਂ ਨੂੰ ਅੰਦਰ ਨਹੀਂ ਜਾਣਦੇ ਸੀ, ਆਮ ਗੱਲ ਸੋਚ ਸਕਦੀ ਹੈ। ਉਹ ਸਿਰਫ ਆਪਣੇ ਹੀ ਬੰਦਿਆਂ ਨੂੰ ਅੰਦਰ ਵੜਦੇ ਨੇ, ਪੰਜਾਬੀਆਂ ਨੂੰ ਅੰਦਰ ਨਹੀਂ ਜਾਣਦੇ ਨੇ। ਸੋ ਮਾਲਕਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਪੰਜਾਬੀ ਬੰਦੇ ਅਗਰ ਆਉਂਦੇ ਨੇ, ਇੱਕ ਤਾਂ ਪੰਜਾਬੀ ਬੰਦਾ ਗੇੜ 'ਤੇ ਬਿਠਾਈਏ, ਜਿਹੜੇ ਟੈਚਰ ਨੇ ਉਹ ਪੰਜਾਬੀ ਰੱਖੀਏ, ਤਾਂ ਕਿ ਉਹ ਪੰਜਾਬੀਆਂ ਨੂੰ ਪ੍ਰੈਫਰ ਕਰਨ। ਇਹ ਜੋ ਹੋਣਾ ਲੋਕਡਾਊਨ ਦੇ ਦੌਰਾਨ ਇਹਨਾਂ ਨੂੰ ਨੁਕਸਾਨ ਹੋਇਆ, ਉਹ ਨੁਕਸਾਨ ਨਹੀਂ ਸੀ। ਇੱਕ ਹੋਰ ਸਰ, ਜਦੋਂ ਸਿਟੀ ਲਾਈਵ ਦੀ ਟੀਮ ਵੀ ਤੁਹਾਡੀ ਫੈਕਟਰੀ ਦੇ ਅੰਦਰ ਆਈ, ਸਾਨੂੰ ਬਹੁਤ ਖੁਸ਼ੀ ਹੋਈ ਦੇਖ ਕੇ, ਜਿੱਥੇ ਇਸ ਵਕਤ ਇੰਡਸਟਰੀ ਓਨਰਾਂ ਦੇ ਜਿਹੜੀ ਫੈਮ ਬੱਚੇ ਨੇ ਉਹ ਕਹਿ ਰਹੇ ਨੇ ਅਸੀਂ ਇੰਡਸਟਰੀ ਦਾ ਕੰਮ ਨਹੀਂ ਸਾਹਮਣਾ ਕੀਤਾ ਜੀ, ਸਾਡਾ ਏਮ ਵੱਖਰਾ ਆ, ਉੱਥੇ ਹੀ ਤੁਹਾਡਾ ਬੇਟਾ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜਾ, ਤੁਸੀਂ ਇਹ ਸੰਸਕਾਰ ਉਹ ਬੱਚੇ ਨੇ ਕਿਸ ਤਰ੍ਹਾਂ ਤੁਹਾਡੀ ਜੋ ਮੈਮਰੀ ਆ ਉਸਨੂੰ ਗੇਨ ਕੀਤਾ? ਮੈਂ ਗੁਰਬਾਣੀ ਦੀ ਗੱਲ ਕਰਾਉਂਦਾ, ਗੁਰੂ ਨਾਨਕ ਸਾਹਿਬ ਦੀ ਬਾਣੀ ਆਉਂਦੀ ਹੈ ਗੁਰਬਾਣੀ 'ਚ, ਕਹਿੰਦੇ ਜੇ ਦੁੱਧ ਹੈ ਕੀ ਹੁੰਦਾ ਹੈ ਪਰਿਵਾਰਾਂ 'ਚ ਦੁੱਧ ਜਾ ਰਿਹਾ, ਬੱਚਾ ਕਿਸੇ ਹੋਰ ਪਾਸੇ ਜਾ ਰਿਹਾ, ਮਾਂ ਪਿਓ ਕਿਸੇ ਹੋਰ ਪਾਸੇ ਜਾ ਰਿਹਾ, ਉਹ ਦੁੱਧ ਹੈ। ਬੱਚੇ ਦੇ ਮਨ 'ਚ ਦੁੱਧ ਹੈ ਕਿ ਮੈਂ ਫੋਰਨ ਜਾਵਾਂਗਾ, ਉੱਥੇ ਕੰਮ ਕਰਾਂਗਾ, ਮਾਂ ਪਿਓ ਕਹਿੰਦਾ ਤੂੰ ਇੱਥੇ ਕਰ, ਕਹਿੰਦਾ ਦਿਮਾਗ ਚੱਲਦਾ ਠੀਕ ਹੈ ਵੀ ਬੱਚਾ ਠੀਕ ਸੁਣਦਾ, ਕਹਿ ਬਾਹਰ ਲੈ ਕੇ ਪਤਾ ਨਹੀਂ ਕਿਵੇਂ ਤਾਂ ਕੀ ਕਰ ਜਾਏਗਾ। ਲੇਕਿਨ ਗੁਰੂ ਸਾਹਿਬ ਦੇ ਗੱਲ ਸਮਝਾਉਂਦੇ ਨੇ, ਕਹਿੰਦੇ ਹੋਏ ਇਕੱਤਰ ਮਿਲੋ ਮੇਰੇ ਭਾਈ,
दुविधा दूर करो लेव लाए हर नाम ने के होवो जोड़ी गुरमुख बैसो सफल शय इन विद पासा ढालो वीर गुरमुख नाम जपो दिन राती अंत काल नहीं लागे। गुरबाणी जी गुरु साहब ने समझाया कि जो थोड़े मन च दुविधा आ गई बच्चों ने आ गया सारा परिवार इकट्ठा होकर मैडीटेशन करो और ये सब तो वधिया तरीका असं अपने बच्चों नाल बिठाने अज भी बहने फैमिली च और इकट्ठे बैठ के असं मैडीटेशन करते हैं पूरा परिवार ਵੱਖਰਾ ਕੋਈ ਹੋਰ ਪ੍ਰੋਡਕਟ ਵੀ ਚੱਲ ਰਿਹਾ ਹੋਏਗਾ ਇਸ ਵਕਤ ਕਿਉਂਕਿ ਤੁਸੀਂ ਇਹਦਾ ਦੇਖਿਆ ਜਾਵੇ ਅਚੀਵਰ ਹੋ ਔਰ ਤੁਸੀਂ ਦਿਮਾਗ ਦੇ ਵਿੱਚ ਇੱਕ ਅਚੀਵਮੈਂਟ ਲੈਣ ਤੋਂ ਬਾਅਦ ਸੈਕਿੰਡ ਅਚੀਵਮੈਂਟ ਬਾਰੇ ਸੋਚਣ ਲੱਗ ਜਾਂਦੇ ਤਾਂ 2020 ਬਾਰੇ ਤੁਹਾਡੀ ਕੀ ਪਲੈਨਿੰਗ ਹੈ? ਦੇਖੋ ਜੀ ਇਹ ਤਾਂ ਪਲਾਨਿੰਗ ਤਾਂ ਹਰ ਟਾਈਮ ਦਿਮਾਗ 'ਚ ਚੱਲਦੀ ਰਹਿੰਦੀ ਹੈ ਅਸੀਂ ਨਵੀਆਂ ਚੀਜ਼ਾਂ ਖੋਲ੍ਹਦੇ ਰਹਿੰਦੇ ਹਾਂ ਸਭ ਤੋਂ ਜ਼ਿਆਦਾ ਅਸੀਂ ਸਭ ਤੋਂ ਪਹਿਲੀ ਖੋਜ ਸਾਡੀ ਹੁੰਦੀ ਹੈ ਕਿ ਜਿਹੜੀਆਂ ਚੀਜ਼ਾਂ ਬਾਹਰੋਂ ਇੰਪੋਰਟ ਹੋ ਰਹੀਆਂ ਨੇ ਚਾਈਨਾ ਤੋਂ ਇੰਪੋਰਟ ਹੋ ਰਹੀਆਂ ਨੇ ਖਾਸ ਕਰਕੇ ਅਸੀਂ ਉਹਦੇ 'ਤੇ ਟਾਰਗੇਟ ਲਿਆ क्योंकि असं गलत रिवर्स इंजीनियरिंग का काम करते हैं कंपनी से जाने उन्होंने कहने कि जड़िया चीज़ा थोड़ी बहुत इंपोर्ट हो गई जिदा कि जलंधर वाटर मीटर वगैरह वगैरह वो चीज़ा इंपोर्ट हो गई हैं असं उन्होंने कुछ इदा पिछले डिवेल्प करके दिता जिद इंपोर्ट बहुत घटी है और अगर देश की इंपोर्ट घट गई तो देश का की करते तुम्हें पता कि साडा रुपया बाहर नहीं जाता तो वह एक बेनीफिट ये होंगे है कि साडा जरा टारगेट होंगे है कि असी कुछ नवा खोलते हैं हूँ भी कुछ इदा दियाँ बायोटेक्नोलॉजी के उत्ते कुछ आइटम ने जिदा बायोडिग्रेडेबल आइटम ने हूँ साड़ी खोज बायोडिग्रेडेबल उत्ते चल रही है वो उत्ते असं कुछ मशीनरी डिवेलप कर रहे हैं आइटम अस छेती ही मार्केट के लिए लैके अपनी इस खोज के किन्ने करीब हो? ऑलमोस्ट असं को नहीं है तकरीबन 80% असं कर चुके हैं नेड़े हो चुके हैं वो जो है सारी एक नवी टेक्नोलॉजी अभी डिवेलप कर रहे हैं उनके कुछ इस तरह का कर रहे हैं कि जो ग्रीन वेस्ट है ग्रीन वेस्ट के उत्तों असी किस तरीके असं जोड़े साढ़े जो जो तोड़ असी कढ़ रहे हैं थर्मोकोल का और जड़िया चीज़ा सेहत वास्ते खराब ने उन्होंने इवेज असी दूजिया चीज़ा लैके आ रहे हैं जिदा कि बायोडिग्रेडेबल फूड कंटेनर आ गए जां कप आ गए ग्लास आ गए कॉफी मग आ गए इन चीज़ों और लगता है कि देखो जी सहयोग कुछ ना मिले पर कोई तंग ना करे तो उसे असं अपने पैसों में आप ही कोशिश कर रहे कोई तो देखो ये आप करनी पड़ेगी तो टेक्निकल चीज़ है वो आप बनानी पड़ती है अपना दिमाग बरतना पड़ता है असं भी तो भारत का एक अंग ही असं भी तो सरकार का एक अंग ही है सरकार का काम है देश में चलाना साडा काम है इंडस्ट्री में चलाना असं आप सोचा कुछ करा तो सरकार भी मदद कर देगी जो असं आप ही उद्यम नहीं करा सरकार साड़ी की मदद करेगी जो असं इस लैवल पर पहुँचा तो सरकार थोड़ी जाएगी ਮਠਾਰੋ ਜੀ ਜਦੋਂ ਕੋਈ ਵੀ ਪਰਸਨ ਆਪਣੇ ਸਟਰਗਲ ਦੇ ਰਾਹ ਦੇ ਉੱਤੇ ਚੱਲਦਾ ਹੈ ਕਿ ਉਹਨੇ ਅਚੀਵਮੈਂਟਾਂ ਲੈਣੀਆਂ ਹੁੰਦੀਆਂ ਤਾਂ ਕੋਈ ਨਾ ਕੋਈ ਉਸਦਾ ਆਈਡੀਅਲ ਪਰਸਨ ਹੁੰਦਾ ਹੈ ਤੇ ਤੁਹਾਡੀ ਆਈਡੀਅਲ ਪਰਸਨ ਕੌਣ ਸੀਗੀ ਜਾਂ ਲਾਈਕ ਕਿਹੜੀ ਫਰਮ ਹੈ ਜਿਹਨੂੰ ਤੁਸੀਂ ਆਪਣਾ ਆਈਡੀਅਲ ਲੈ ਕੇ ਚੱਲਦੇ ਹੋ ਔਰ ਸੋਚਦੇ ਹੋ ਕਿ ਉਸਨੂੰ ਕ੍ਰੋਸ ਕਰਨਾ ਹੈ ਔਰ ਇਸ ਵਕਤ ਤੁਸੀਂ ਆਪਣੇ ਆਪ ਨੂੰ ਬਰਾਬਰ ਮਹਿਸੂਸ ਕਰਦੇ ਹੋ? ਦੇਖੋ ਕ੍ਰੋਸ ਕਰਨਾ ਤਾਂ ਕਿਸੇ ਦਾ ਇਹ ਨਹੀਂ ਏਮ ਹੋਣਾ ਚਾਹੀਦਾ ਕਿ ਮੈਂ ਕਿਸੇ ਨੂੰ ਕ੍ਰੋਸ ਕਰ ਲਵਾਂ ਫਿਰ ਤਾਂ ਪੈਸੇ ਕਮਾਉਣ ਦੀ ਹੋੜ ਆ ਜੀ ਜਿਸ ਤਰ੍ਹਾਂ ਜਿਹਦਾ ਅਮਾਨੀ ਹੈ ਜੀ ਉਹਨਾਂ ਨੂੰ ਪੈਸੇ ਕਮਾਉਣ ਦੀ ਲੋੜ ਜੀ ਜਿਸ ਤਰ੍ਹਾਂ ਟਾਟਾ ਹੈ ਉਹਨੂੰ ਦੇਸ਼ ਦੀ ਸੇਵਾ ਕਰ ਰਹੀ ਹੋਣ ਜੀ ਤੋ ਸਾਡੇ ਉਹ ਆਈਡਲ ਨੇ ਜੀ ਕਿਉਂਕਿ ਟਾਟਾ ਇੱਕ ਐਸਾ ਟਰਸਟ ਹੈ ਜਿਹਨੇ ਦੇਸ਼ ਵਾਸਤੇ ਬਹੁਤ ਕੁਝ ਕੀਤਾ ਹੈ ਜੀ ਪਹਿਲਾਂ ਵੀ ਕੀਤਾ ਹੈ ਅੱਜ ਵੀ ਕਰ ਰਿਹਾ ਹੈ ਜੀ ਔਰ ਅਸੀਂ ਸਲੂਟ ਕਰਦੇ ਹਾਂ ਉਹਨਾਂ ਦੀ ਸੋਚ ਨੂੰ ਜੀ ਔਰ ਅਸੀਂ ਇਦਾਂ ਦਾ ਆਪਣਾ ਦਿਮਾਗ ਰੱਖਣਾ ਚਾਹੁੰਦੇ ਹਾਂ ਕਿ ਕੰਮ ਇਦਾਂ ਦਾ ਕਰੀਏ ਜਿਹਦੇ ਨਾਲ ਦੇਸ਼ ਦੀ ਸੇਵਾ ਹੋਵੇ ਜਿਸ ਤਰ੍ਹਾਂ ਕਿ ਅਸੀਂ ਆਪਣੀ ਇੰਡਸਟਰੀ ਬਣਾਉਂਦੇ ਹਾਂ ਇੰਡਸਟਰੀ ਦੀ ਵੇਸਟ ਹੈ ਉਹਨੂੰ ਬਚਾਇਆ ਜਾਵੇ ਉਹਨੂੰ ਠੀਕ ਤਰੀਕੇ ਨਾਲ ਉਹਨੂੰ ਯੂਟੀਲਾਈਜ਼ ਕੀਤਾ ਜਾਵੇ ਜਾਂ ਡਿਸਪੋਜ਼ ਆਫ ਕੀਤਾ ਜਾਵੇ ਕਿ ਉਹਦੇ ਨਾਲ ਕਿਸੇ ਨੁਕਸਾਨ ਨਾ ਹੋਵੇ ਅਗਰ ਅਸੀਂ ਏਅਰ ਪੋਲਿਊਟ ਕਰ ਰਹੇ ਹਾਂ ਤਾਂ ਅਸੀਂ ਆਪਣੇ ਹੀ ਲੋਕਾਂ ਨੂੰ ਬਿਮਾਰ ਕਰ ਰਹੇ ਹਾਂ ਆਪ ਹੀ ਬਿਮਾਰ ਹੋ ਰਹੇ ਹਾਂ ਸੋ ਇੱਦਾਂ ਦੀਆਂ ਚੀਜ਼ਾਂ ਤੋਂ ਬਚਿਆ ਜਾਵੇ ਇਹੀ ਇੱਕ ਸਹੀ ਜਿਹੜਾ ਮੇਰਾ ਸੰਦੇਸ਼ ਹੈ ਲੋਕਾਂ ਨੂੰ ਇਹ ਸੰਦੇਸ਼ ਜੇਕਰ ਆਪਾਂ ਟਾਟਾ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਖਾਸ ਕੀ ਖੂਬੀ ਲੱਗਦੀ ਕਿ ਜਿਹਨੂੰ ਲੈ ਕੇ ਤੁਸੀਂ ਉਹਨਾਂ ਦੇ ਸ਼ਾਗਿਰਦ ਹੋ ਗਏ ਜੇਕਰ ਦੇਖਿਆ ਜਾਵੇ ਤੁਸੀਂ ਟਾਟਾ 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 ਇੱਕ ਵਾਰ ਨਹੀਂ ਸਿਟੀ ਲਾਈਵ ਟੀਮ ਨਾਲ ਗੱਲ ਕਰਨ ਲੱਗੇ ਬਹੁਤ ਵਾਰੀ ਤੁਹਾਡੀ ਜ਼ੁਬਾਨ ਦੇ ਉੱਤੇ ਇਹ ਸ਼ਬਦ ਆਇਆ। ਦੇਖੋ ਜੀ ਆਈਡਲ ਉਹ ਹੁੰਦਾ ਹੈ ਜੋ ਦੇਸ਼ ਲਈ ਆਪਣੇ ਲਈ ਕੁਛ ਕਰਦਾ ਹੈ ਜੀ। ਟਾਟਾ ਨੇ ਸਾਡੇ ਦੇਸ਼ ਵਾਸਤੇ ਬਹੁਤ ਕੁਛ ਕੀਤਾ ਹੈ ਐਸੇ ਕੰਮ ਕੀਤੇ ਨੇ ਐਸੀ ਟੈਕਨੋਲੋਜੀ ਡਿਵੈਲਪ ਕੀਤੀ ਹੈ ਇੰਡੀਆ ਦੇ ਵਿੱਚ
टाटा का मतलब ये टाटा ने कोई नॉन ये जो कंपनियां होंगे ने नॉन प्रॉफिटेबल कंपनियां होंगे ये एक ट्रस्ट है और ट्रस्ट के विच कोई प्रॉफिट वालों नहीं जाया जाता वो एक मालिक नहीं होता उन्होंने एक होड़ नहीं होती नंबर वन पर आने की उन्होंने कुछ सर्विस देने की होड़ होती है क्योंकि छोटा काम नहीं करते चीप काम नहीं करते तुम देखते हो देश की जिनी इंडस्ट्री जो स्टार्ट होया ट्रक आया जो ट्रक अज टाटा का ना होंगे तो शायद असं बाहर के लोगों पर डिपेंड करते हैं ना इस तरह जो रेल लाइन जी रेलवे से इन्ना सफर करते हो इंडियन रेलवे कितनी बड़ी है जोड़ा वह ट्रैक बनता वो टाटा ही और बहुत सारी मशीनरी जो नवी नवी कुछ लगती है इंडिया के जी सी एन सी मशीन या रोबोटिक मशीन ईवन मारुति की रोबोटिक सारी मशीन जी वो भी टाटा ने बनाई थी सो इस तरह के काम जो टाटा ने किए तो नैचुरली सब सोच करना बन गई देश वास्ते बहुत वधिया गल कही है सरदार अमरिंदर सिंह मठाड़ू जी ने कहते जदों अपनी सोच चीप नहीं होएगी घटिया नहीं होएगी दैन आप अपनी अचीवमेंट लैन तो आपको कोई भी नहीं रोक सकता जेकर गल करिए आरटेक मोल्ड प्राइवेट लिमिटेड की तो जनाब मेरा सवाल तुम्हें फिर उत्थे ही है कि तुम जी 2020 के अपनी प्लैनिंग सोची हुई है दसिया बायोटेक प्रोडक्ट की वो प्रोडक्ट के तुम इस वक्त किन्ने करीब हो क्योंकि लॉकडाउन के समय थोड़ा होर ज़्यादा माइंड थोड़ा हम शार्प हो गया हमने रेस्ट करके जो 6 महीने लगने से हम किन्ने दिन करीब अपने आप को महसूस कर रहे हो देखो जी 2-3 महीने के अपना सैंपल मार्केट असं चाहते हैं कि आरटेक मोल्ड प्राइवेट लिमिटेड जो 2020 के एक सैंपल इंडिया के नाम तो पूरी दुनिया के देन जा रही है वह सैंपल 2-3 महीनों ही नहीं जिस तरह ही लॉकडाउन खुलता है असं परमात्मा अरदास करते हैं कि इस सैंपल की जी धूमां ने साड़ी भारत सरकार के कन्ना च पै जाए जिस दे नाल साडा पंजाबी नौजवान जिहड़ा इंडिया छड़ के बाहर जाता है वह पंजाब विच ही बैठे और देखे कि लुधियाना दे विच ही कनेडा वसदा है जेकर गल करिए फर्म की आरटेक मोल्ड प्राइवेट लिमिटेड वालों तुहाडे तों हुण जिन्ने भी पंजाबी मुंडिया ने काम किए हैं तो उन्होंने मुंडिया ने कोई अचीवमेंट पाई है या वो तुहाडे तक लेबर ते ही सीमित ने नहीं जी इस टाइम कोई तकरीबन 12-13 बच्चे ऐसे ने जो मेरे को काम सीख के गए फैक्ट्री काम करके गए उन्होंने अपनी फैक्ट्री में जी और बड़ा वो काम कर रहे हैं मार्केट में अच्छा नाम है जी और जो कहते हैं ऐसे आरटेक मोल्ड काम किया है वो काम भी अच्छा लग रहा है क्योंकि आरटेक मोल्ड का भी एक नाम है मार्केट जी तो जो तुम लड़कियों की गल कर रहे हो कि थोड़े तो सीख के उन्होंने अपनी फरमां सेंड की उन्होंने शहर के नाम दसोगे साढ़े दर्शकों को मोस्टली लुधियाने से जी ज्यादा लुधियाने से नहीं बाकी आउट ऑफ इंडिया से कुछ लोग गए जी एक लड़का मेरे को कम से कम गया से कनाडा से एक लड़का ऐसे ऑस्ट्रेलिया से अपना काम कर रहा है इटली से रिच कर रहा है अपना जी सो लुधियाने से काफी पीछे आर्टिक मोल्ड प्राइवेट लिमिटेड के सरदार रविंदर सिंह मठाड़ू जी एक ऐसे गुरु ने जिन्होंने अपने ही शहर के अपने चेलियां रोजगार नहीं दिता उन्होंने अपनी इंडस्ट्रियां जीडिया ने इस मौके चल रही ने तो मठाड़ू जी जेकर आप गल करिए हूँ के समय की कोरोना के समय की आप गल करते हैं हूँ क्योंकि करीब 2 महीने तक कोरोना चल रहा और इंडस्ट्री जी है छोटी और बड़ी इंडस्ट्री मंदे की मार ही है इस बारे अपना की विचार है देखो जी ये मंदा टेंपरेरी है थोड़ी चल रहेगा क्योंकि जो सारा कुछ रुक गया मैनुफैक्चरिंग सारी रुकी हुई है जो चलेगी सारी इकट्ठी चल रही मोड़ा तो है जो 2-व्हीलर चलते हैं 3-व्हीलर चलते हैं 4-व्हीलर चलते हैं देखो उन्होंने पार्ट तो कसने होंगे खराब तो होने उ चीज़ा इतने लुधियाने से बन दिया नैचुरली चलेगा तो दोबारा काम स्टार्ट रहेगा और छोटी इंडस्ट्री और बड़ी इंडस्ट्री में अपने पहला वाली वजूद के उत्ते आने में कितना समा लग जाएगा लॉकडाउन खुलने तो बाद देखो 6-7 महीने सब ना हो जाएगा लोग ही बोल बहुत ही बढ़िया लगे सरदार रविंदर सिंह मठाड़ू जी के मुख तो यह शब्द सुन के और ना ही उन्होंने समाइल देख के तुम समझ सकते हो कि इंसान पॉजिटिविटी नाल फुल भरे हुए ने उन्होंने नैगेटिविटी है ही नहीं उन्होंने किन्ने प्यारी समाइल के नाल जवाब दिता कि करीब 6 तो 1 साल महीने के लोग करोना भुल जाएंगे जदों की सोशल मीडिया के उत्ते आ रहा है कि 3-4 साल तक करोना इतने रहेगा इस बारे अपना की विचार है देखो जी सब आपको अपने विचार में पर जेकर सोचा जाए कि कुदरत तुम आप देखते हो कि कोई भी काम होंगे है कोई घटना वापरती है 6-6 महीने से कुछ भुल कर जाते हैं ये जो बीमारी है एक्चुअल हौली 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 घट जाएगी लोगों का माइंड सैट उ हो जाएगा
जदों अपने एंटीबॉडी अंदर पैदा हो जाएगी सारी बॉडी भी तो कर लेगी ना। किसी कोई टाइम होएगा जदों लोगों को फ्लू होंगे है ना, जुकाम हमेशा होता सी, लोग कहते थे जुकाम हमेशा हो गया भी इन्हें मर जाना चाहे बीमार हो गया बहुत ज्यादा, जब डायरिया होता सी डायरिया में बहुत दुनिया मरती थी, फिर कोई टाइम सी वो दवाइया लगती हौली हौली सब ठीक हो गया, लोग भुल गए, हूँ जो किसी को होंगे तो गोली लैके खा लेना तो ठीक हो जाता। इस तरह की है बीमारी शायद रहेगी लेकिन लोग यूज हो जाएंगे ठीक हो जाएंगे जी। ऐसी गल नहीं है, जे असी तो उसकी दर भी देखी जाए कि किन्ने लोग ये प्रभावित हुए हैं तो किन्नी डेथ किन्नी हुई है तो कुछ ज़्यादा नहीं, 0.5% है इंडिया के, इंडिया के लोगों का इम्यून सिस्टम अच्छा है और लोग ठीक ने तंदुरुस्त है, ऐसी कोई गल नहीं है कि ठीक हो जाएगा जल्दी ठीक हो जाएगा, वो तो टाइम नहीं लगेगा। सरदार अमरिंदर सिंह मठारू जी, जेकर देखा जाए इस वक्त लुधियाना की इंडस्ट्री के जो प्रवासी भाईचारा लुधियाना छड़ के अपने देश वापस जा रहा और इंडस्ट्री के जो ऑनर ने वह इस वक्त टेंशन विच ने कि जो लॉकडाउन खुलेगा तो उन्होंने इंडस्ट्रियां किस तरह चलनगियां, इस बारे अपना की विचार है? देखो जी असं होर भी तो सोशल काम करते हैं, लंगर लाने बड़ा कुछ करते हैं, तो क्यों नहीं असं अपनी टीम बना के पिंडों पिंड जाया जाए, जो शहरों के नेड़े पिंड ने उन्होंने जाके लोगों जागरूक किया जाए कि तुम आओ इंडस्ट्री आओ, इंडस्ट्री बड़ी तुम कम दी है। तो सब तो पहली गल मैं तुमने कल कही थी कि जोड़िया बड़िया इंडस्ट्रियां उन्होंने की होंगे कि उन्होंने गेट के उत्ते एक कैचा या कोई बंदा बैठा होंगे और जब कोई पंजाबी जाता है, मैं एक बार किसी की गल सुन रहा है कि जो असं जाने कि मेरे को कुछ वर्कर आए इतने, मैं उन्होंने कहा तुम भी इतने इंडस्ट्री इन्नी है, क्या ज़्यादा वर्कर से जो कहते जो उत्तर इदा होंगे कि भाइयों को प्रमोट करते हैं, जब असं गेट पर जाने सू मोट करते हैं, सो सू लोगों पंजाबियों को प्रमोट करना चाहिए। साढ़े लोगों के दिमाग से है कि शायद वो प्रवासी लोग ही काम करते हैं, पंजाबी काम नहीं करते, पर इस तरह का कुछ नहीं है और साढ़े को सारे बंदे पंजाबी 100% असं पंजाबी वर्कर रखते हैं और जिन्ना काम ये करते हैं, मैं कहना भी मैं दूसरे भी बंदे रख के देखे ने उन्ना नहीं कर सकते, और जिन्ना कटिंग एज टेक्नोलॉजी का काम अपने पंजाबी कर सकते हैं, जिन्ना हड बन सकते हैं अपने पंजाबी और प्रवासी नहीं कर सकते। सो मेरी यह बेनती है कि पंजाबियों को प्रमोट करो, जितने होर सोशल काम करते हैं ये भी एक सोशल काम शुरू किया जाए, चैनलों के राही सोशल टीम जड़िया ने जड़िया स्ट्राइकिंग एसोसीएशन बनिया ने उन्होंने पिंडों पिंडी लोगों को दसिया जाए कि आओ चैलेंज काम करो, सो इस तरह हो सकता सब ठीक हो सकता। मठारू जी, जिथे साडे पंजाबी नौजवानों नूं तुसीं इन्ना प्यार करदे हो और अपनी फैक्ट्री विच तुसीं उन्हां नूं प्रमोट करदे हो, उन्हां नूं इंडस्ट्रियां भी खुलवाईआं ने, और जेकर गल करिए पंजाबी नौजवानों दी, उन्हां दी सरकार दे नाल इक शिकायत है कि पंजाब दे विच रोजगार नहीं है, कहिंदे साडा सिस्टम ठीक नहीं है, साडी सरकार सानूं सुविधावां नहीं दिंदी, ते उन्हां नौजवानों नूं तुसीं की कहना चाहोगे? मैं तां पंजाबियों नूं इक संदेश दऊंगा, बेनती करूंगा, पंजाबी ओ तगड़े होवो, पंजाबी कभी किसी के हाथ वाल नहीं देखता, पंजाब पंजाब जो है पंजाबी लोग हैं वो दलेर हैं, हड बनने वाले हैं, एक काम करने वाले हैं, सो इन्हें चाहिए कि अपने काम करो, अपने बिजनेस करो, बहुत कम है इंडिया के हिंदुस्तान बहुत कम है, ये भारत देश बहुत बड़ा है, बहुत कम है इतने, बहुत कारोबार है, पंजाब की इंडस्ट्री जिनी तुम इतने समॉल स्केल इंडस्ट्री लगा सकते हो उन्नी थोड़ी है, पिंडों पिंड लगा सकते हो, इन्ने कम ने कि तुहाडे कोल काम सारी जिंदगी नहीं मुक सकता, जिन्हें लोग जिन्हें नौजवान पंजाब हैं अगर इन्ने नौजवान होर भी पंजाब होंगे तो भी उन्होंने कोल काम से एंटरप्रेन्योर बनो, अगर तुम उन्होंने बाहरों लैके आते हो जो बाहरले मजदूर आते उन्होंने को काम कराओ, तुम एंटरप्रेन्योर बनो, काम दे बहुत सारे काम है, बड़े तरह के काम है, काम जो बिजनेस असं सोचते हैं उदो असं जो नव कुछ सोचते हैं, आज की डिमांड है, हम साढ़े को लोग आते हैं, साढ़े को अज की डेट के फ्लिप कैप लोग लैके आ रहे हैं, ट्रिगर पंप लैके आ रहे हैं, हाँ जी हैंड सैनिटाइजर पंप लैके आ रहे हैं, सो इदा दी चीज़ा लैके लोड़ है, ये आने वाले साल दो साल चलना ही चलना है और अज की डेट के डिमांड ही हो ही नहीं रही और रोज का मेरे ख्याल से शायद करोड़ा ही पीस बहरों आता सी जे अज इतने बना रहे थे कम थोड़ी, सो इदा दी बहुत सारी चीज़ा जी बहुत होंगे सी, गवर्नमेंट की पॉलिसियां चेंज हो गई हैं, आपको चीज़ों पर ध्यान देना चाहिए जी बहरों आ गई, बहुत सारिया आइटम ने तुम देख लो चाइना तो आ रही, चाइना तो आ रही, साडा मूँह थक गया चाइना की दे दी, चाइना की सस्ती है क्यों नहीं असं बना सकते, मैं तो जो भी पढ़ते लगाना है कि आइटम देख रहे हैं और आइटम सानू इतने इंडिया च सस्ती पैंती है, असं जो मोड बनाने असं अपनी आइटम चाइना में सस्ती पाते हैं, सानू इन्ना पता और क्वालिटी सारी पता। जिस तरह ही हम सिटी लाइफ के राही नौजवान दर्शक गलबात देखेगा और सुनेगा,
और सानू इस चीज़ का विश्वास है कि उन्होंने पहली कॉल यही आनी है कि मठाड़ू साहब का फाइनैंशली सैट ने, इसलिए उन्होंने गल्ल आदियां ने, क्योंकि साढ़े पंजाबी नौजवानों की सोच है कि किसी भी बिजनेस में स्टैंड करने लिए पहला इनवैसटमेंट जरूरी है। उस बारे उन्होंने नौजवानों को की कहना चाहोगे? जिस दिन मैं काम स्टार्ट किया मेरे को पैसे नहीं, मेरे को एक 14,000 रुपया से जो मैं काम स्टार्ट किया, इस तो बड़े भी मैं कैसे सिटी लाइफ के लिए सारे पंजाब के नौजवानों को जो संदेश अभी देना चाहते हैं वो मठाड़ू साहब ने दे दिता है कि पंजाबी नौजवानों तुहाडे सिर्फ जागण की देर है, चीप एंड बेस्ट चीज़, चीप चीज़ जरूर, चीप प्रोडक्ट जरूर चाइना तो आ जाएगा बट वो बेस्ट नहीं होएगा। आप इंडिया के पंजाब के चीप एंड बेस्ट प्रोडक्ट दे सकते हैं। और जेकर इनवैसटमेंट की गल करिए तो सब तो पहला मठाड़ू साहब पहले अपने काम में अपना समा ही इनवैसट करना पैदा, फाइनैंशियली तो बाद दी गल्लां ने। ਤੁਹਾਡੇ ਦਿਮਾਗ ਦੇ ਵਿੱਚ ਇੱਕ ਆਈਡੀਆ ਹੋਣਾ ਚਾਹੀਦਾ, ਯੂਨੀਕ ਹੋਣਾ ਚਾਹੀਦਾ, ਤੁਸੀਂ ਚੰਗਾ ਸੋਚ ਕੇ ਜਦੋਂ ਚੱਲਦੇ ਹੋ ਪੈਸਾ ਵੀ ਆ ਜਾਂਦਾ, ਸਭ ਕੁਛ ਆ ਜਾਂਦਾ। ਪੈਸਾ ਜੇ ਪਹਿਲਾਂ ਸੋਚਾਂਗੇ ਫਿਰ ਅਸੀਂ ਕੰਮ ਨਹੀਂ ਕਰ ਸਕਦੇ, ਪਹਿਲਾਂ ਤਾਂ ਸਾਨੂੰ ਇਹਨਾਂ ਹੱਥਾਂ ਨਾਲ ਕੰਮ ਕਰਨ ਦੀ ਲੋੜ ਪੈਂਦੀ ਹੈ। ਕੋਈ ਜ਼ਰੂਰੀ ਨਹੀਂ ਹੁੰਦੀ ਕਿ ਅਸੀਂ ਬਹੁਤ ਵੱਡੀ ਫੈਕਟਰੀ ਪਹਿਲੇ ਲਾ ਕੇ ਬੈਠਣਾ ਹੁੰਦਾ ਹੈ, ਪਹਿਲਾਂ ਤਾਂ ਤੁਸੀਂ ਪ੍ਰੋਡਕਟ ਤਿਆਰ ਕਰਕੇ ਸੈਂਪਲ ਤਾਂ ਤਿਆਰ ਕਰੋ। ਜਦੋਂ ਤੁਸੀਂ ਮਾਰਕੀਟ 'ਚ ਲੈ ਕੇ ਜਾਂਦੇ ਹੋ ਸੈਂਪਲ ਲੈ ਕੇ ਜਾਂਦੇ ਹੋ, ਤੁਹਾਡੀ ਉਹਦੀ ਮੰਗ ਬਣਦੀ ਹੈ, ਫਿਰ ਤੁਹਾਨੂੰ ਰਸਤੇ ਵੀ ਮਿਲ ਜਾਂਦੇ ਨੇ ਜੀ, ਕਿਉਂਕਿ ਤੁਹਾਨੂੰ ਪਤਾ ਹੁੰਦਾ ਹੈ ਕਿ ਹੁਣ ਇਹਦੇ ਪੈਸੇ ਵੀ ਮਿਲ ਜਾਣੇ ਨੇ ਜਦੋਂ ਮਾਰਕੀਟ 'ਚ ਲੈ ਕੇ ਜਾਓਗੇ, ਇਸ ਤਰ੍ਹਾਂ ਕੰਮ ਚੱਲਦਾ। ਸੋ ਸਭ ਇਹਦੇ 'ਚ ਜ਼ਰੂਰੀ ਕੰਮ, ਜੇ ਅਸੀਂ ਸੋਚੀਏ ਕਿ ਫੈਕਟਰੀ ਪਹਿਲਾਂ ਲੱਗੇਗੀ ਫਿਰ ਸਾਡਾ ਦਫ਼ਤਰ ਬਣੇਗਾ ਫਿਰ ਉਹਦੇ ਵਿੱਚ ਬਾਹਰ ਇੱਕ ਗੋਰਖਾ ਬੈਠੇਗਾ ਫਿਰ ਕੰਮ ਚੱਲੇਗਾ, ਇਸ ਤਰ੍ਹਾਂ ਕੰਮ ਨਹੀਂ ਚੱਲਦਾ ਜੀ। ਔਰ ਸਿਟੀ ਲਾਈਫ ਚੈਨਲ ਦੇ ਜ਼ਰੀਏ ਅਸੀਂ ਚਾਹਾਂਗੇ ਕਿ ਸਾਡੇ ਦਰਸ਼ਕਾਂ ਨਾਲ ਤੁਸੀਂ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਾਅ ਦੇ ਲਈ ਸੰਦੇਸ਼ ਦਿਓ। ਦੇਖੋ ਜੀ, ਬਚਾਅ ਵਾਸਤੇ ਤਾਂ ਇਹੀ ਹੈ ਕਿ ਡਿਸਟੈਂਸ ਬਣਾ ਕੇ ਰੱਖੋ, ਜੋ ਗੌਰਮੈਂਟ ਦੀਆਂ ਗਾਈਡਲਾਈਨਸ ਨੇ ਉਹਨਾਂ ਨੂੰ ਫੋਲੋ ਕਰੋ, ਇਹੀ ਸਭ ਤੋਂ ਵੱਡਾ ਸੰਦੇਸ਼ ਹੈ ਕਿ ਬਚਾਅ ਹੀ ਬਚਾਅ ਹੈ। ਮਠਾੜੂ ਸਾਹਿਬ, ਅੰਤ ਦੇ ਵਿੱਚ ਅਸੀਂ ਚਾਹਾਂਗੇ ਕਿ ਸਿਟੀ ਲਾਈਫ ਚੈਨਲ ਦੇ ਜ਼ਰੀਏ ਤੁਸੀਂ ਜਿਹੜੀ ਇੰਡਸਟਰੀ ਦੇ ਸੀ ਇਸ ਵਕਤ ਦਿਮਾਗੀ ਪਰੇਸ਼ਾਨੀ ਵਿੱਚ ਨਹੀਂ ਕਿ ਪ੍ਰਵਾਸੀ ਬਾਹਰ ਜਾ ਰਿਹਾ ਹੈ, ਔਰ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਦੇਖੋ ਜੀ, ਸੰਦੇਸ਼ ਤਾਂ ਮੈਨੂੰ ਮੇਰਾ ਇਹੀ ਅਨੁਭਵ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬੀਆਂ ਨੂੰ ਪ੍ਰਮੋਟ ਕਰੀਏ। ਸਾਡੇ ਪਿੰਡਾਂ ਦੇ ਵਿੱਚ ਪੰਜਾਬੀ ਨੌਜਵਾਨ ਬਹੁਤ ਬੈਠਾ ਹੈ, ਸਾਡੇ ਸ਼ਹਿਰ ਦੇ ਵਿੱਚ ਵੀ ਪੰਜਾਬੀ ਨੌਜਵਾਨ ਬਹੁਤ ਬੈਠਾ ਹੈ। ਅਸੀਂ ਕੋਸ਼ਿਸ਼ ਕਰੀਏ ਕਿ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਨੌਜਵਾਨ ਕੋਲ ਜੋ ਤੁਸੀਂ ਕੰਮ ਕਰਾਓਗੇ ਤਾਂ ਇੱਕ ਤਾਂ ਉਹ ਧਰਮੇ ਨੇ, ਸਿਹਤ ਪੱਖੋਂ ਵੀ ਚੰਗੇ ਨੇ, ਦਿਮਾਗ ਪੱਖੋਂ ਵੀ ਚੰਗੇ ਨੇ, ਔਰ ਤੁਹਾਡੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਵੀ ਰਹਿਣਗੇ ਔਰ ਅੱਖ ਦੀ ਸ਼ਰਮ ਵੀ ਰੱਖਣਗੇ, ਕਿਉਂਕਿ ਪੰਜਾਬ ਦਾ ਬੰਦਾ ਪੰਜਾਬੀ ਕੋਲ ਕੰਮ ਕਰਦਾ, ਇਹਨੂੰ ਨੇਚਰ ਨੂੰ ਵੀ ਜਾਣਦੇ ਹਾਂ। ਸੋ ਇਹਨਾਂ ਕੋਲੋਂ ਕੰਮ ਕਰਵਾਇਆ ਜਾਵੇ ਔਰ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਆਪਣੇ ਪੰਜਾਬ ਦੀ ਸੇਵਾ ਕਰੋ, ਆਪਣੇ ਦੇਸ਼ ਦੀ ਸੇਵਾ ਕਰੋ। ਜਿਹੜੇ ਉਧਰੋਂ ਲੋਕ ਆਉਂਦੇ ਨੇ ਉਹ ਕਦੋਂ ਚਲੇ ਜਾਣਾ? ਆਪਾਂ ਦੇਖਦੇ ਹਾਂ ਕਈ ਵਾਰ ਐਡਵਾਂਸ ਦਿੱਤਾ ਜੀ, ਆਮ ਲੋਕਾਂ ਦੀ ਇਹ ਗੱਲ ਹੁੰਦੀ ਹੈ ਕਿ ਐਡਵਾਂਸ ਦਿੱਤਾ ਜੀ, ਬੰਦਾ ਰਾਤ ਨੂੰ ਦਿੱਤਾ ਤਾਂ ਸਵੇਰੇ ਭੱਜ ਗਿਆ, ਪੰਜਾਬੀ ਘੱਟੋ ਘੱਟ ਇੱਦਾਂ ਤਾਂ ਨਹੀਂ ਕਰੇਗਾ। ਉਹ ਸਾਡੇ ਕੋਲ ਕੰਮ ਕਰਦੇ ਨੇ, ਪੰਜਾਬੀ 17-17 ਸਾਲ ਹੋ ਗਏ ਨੇ ਕੰਮ ਕਰ ਰਹੇ ਨੇ, ਫਸਟ ਕਲਾਸ ਕਰ ਰਹੇ ਨੇ, ਕੋਈ ਪ੍ਰੋਬਲਮ ਨਹੀਂ, ਜਾਂਦੇ ਵੀ ਨੇ, ਉਹ ਜੇ ਛੁੱਟੀ ਕਰਨੀ ਉਹ ਦੱਸ ਕੇ ਕਰਨੀ ਹੈ, ਕਿਤੇ ਜਾਣਾ ਦੱਸ ਕੇ ਜਾਣ। ਸੋ 2-3 ਮਹੀਨੇ ਜਿਹੜਾ ਬੰਦਾ ਬਾਹਰ ਚਲਾ ਜਾਂਦਾ ਪੰਜਾਬੀ, ਅਗਰ ਤੁਸੀਂ ਰੱਖੋਗੇ ਉਹ 2-3 ਮਹੀਨੇ ਦੀ ਛੁੱਟੀ ਕਰਕੇ ਗਾਉਂ ਚਲੇ ਜਾਂਦੇ ਨੇ, ਪਿੰਡ ਚਲੇ ਜਾਂਦੇ ਨੇ, ਉਹ ਤਾਂ ਨਹੀਂ ਜਾਣਗੇ। ਸੋ ਇਹ ਤਾਂ ਬੈਨੀਫਿਟ ਹੈ। ਸਿਟੀ ਲਾਈਫ ਕਨੀਓ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਰੂਬਰੂ ਕਰਵਾਉਣ ਜਾ ਰਿਹਾ ਇੱਕ ਹੋਰ ਇੰਡਸਟਰੀ ਲਿਸਟ ਦੇ ਨਾਲ। ਸਿਟੀ ਲਾਈਫ ਕਨੀਓ, ਅੱਜ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਸਮਾਰਟ ਸਿਟੀ ਲੁਧਿਆਣਾ ਦੇ ਜਾਨੀ ਮਾਨੀ ਹਸੀ, ਜੋ ਇੱਕ ਰਾਮਗੜੀਆ ਬਿਰਾਦਰੀ ਵਿੱਚੋਂ ਆ, ਉਹਨਾਂ ਦੇ ਬਾਰੇ ਤੁਹਾਨੂੰ ਦੱਸਾਂ। ਉਸ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਵਿਚਾਰ ਸਾਂਝਾ ਕਰਨਾ ਚਾਹਾਂਗੇ। ਨੀਅਰ ਅਬਾਊਟ 2.5 ਮਹੀਨੇ ਪਹਿਲਾਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕੀਤੀ ਗਈ ਸੀ ਕਿ ਬਹੁਤ ਜਲਦੀ ਹੀ ਅਸੀਂ ਤੁਹਾਨੂੰ ਆਪਣੇ ਪੰਜਾਬ ਦੇ ਅਚੀਵਰਾਂ ਦੇ ਨਾਲ ਮਿਲਾਉਣ ਵਾਲੇ ਹਾਂ। ਅਚੀਵਰ ਮਾਨੇ ਜਿਨ੍ਹਾਂ ਨੇ ਇੰਡਸਟਰੀ ਦੇ ਵਿੱਚ ਸਟਰਗਲ ਕਰਕੇ ਆਪਣਾ ਇੱਕ ਵੱਖਰਾ ਮੁਕਾਮ ਪਾਇਆ। ਜੀ ਹਾਂ, ਆਪਣਾ ਹੁਣ ਇੰਤਜ਼ਾਰ ਖਤਮ ਹੋ ਚੁੱਕਿਆ, ਅੱਜ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਰਾਮਗੜੀਆ ਬਿਰਾਦਰੀ ਦੇ ਵਿੱਚੋਂ, ਜਿਸ ਤਰ੍ਹਾਂ ਸਰਦਾਰ ਗਿਆਨੀ ਜਲ ਸਿੰਘ ਜੀ ਦਾ ਅੱਜ ਨਾਮ ਬੱਚੇ ਬੱਚੇ ਦੀ ਜਵਾਨ ਤੇ ਆ, ਉਸੇ ਪ੍ਰਕਾਰ ਰਾਮਗੜੀਆ ਬਿਰਾਦਰੀ ਦੇ ਵਿੱਚ ਸਮਾਰਟ ਸਿਟੀ ਲੁਧਿਆਣਾ ਤੋਂ ਆਰ ਟੈਕ ਮੋਲਡ ਪ੍ਰਾਈਵੇਟ ਲਿਮਿਟਡ ਫਰਮ ਦੇ ਮਾਲਕ ਸਰਦਾਰ ਰਵਿੰਦਰ ਸਿੰਘ ਮਠਾੜੂ ਜੀ। ਮਠਾੜੂ ਜੀ ਦਾ ਨਾਮ ਪੰਜਾਬ ਵਿੱਚ ਹੀ ਨਹੀਂ, ਇੰਡੀਆ ਵਿੱਚ ਹੀ ਨਹੀਂ, ਦੁਨੀਆ ਭਰ ਦੇ ਵਿੱਚ ਆਰ ਟੈਕ ਮੋਲਡ ਪ੍ਰਾਈਵੇਟ ਲਿਮਿਟਡ ਦੇ ਨਾਲ ਜਾਣਦਾ। ਉਹ ਆਪਾਂ ਗੱਲਬਾਤ ਕਰਦੇ ਹਾਂ ਸਰਦਾਰ ਰਵਿੰਦਰ ਸਿੰਘ ਮਠਾੜੂ ਜੀ ਦੇ ਨਾਲ। ਸਭ ਤੋਂ ਪਹਿਲਾਂ ਤਾਂ ਸਰਦਾਰ ਰਵਿੰਦਰ ਸਿੰਘ ਮਠਾੜੂ ਜੀ, ਤੁਹਾਨੂੰ ਸਿਟੀ ਲਾਈਵ ਕਰਨੀ ਹੋ, ਸਤਿ ਸ਼੍ਰੀ ਅਕਾਲ ਜੀ। ਮਠਾੜੂ ਜੀ, ਅੱਜ ਜੇਕਰ ਆਪਾਂ ਗੱਲ ਕਰੀਏ ਕਰੋਨਾ ਦੀ, ਤੁਹਾਡੇ ਨਾਲ
सिटी लाइव दी टीम दा मन ही नहीं है कोरोना दी गल करन दा, बिकॉज़ जिस तरह ही असीं तुहाडी फैक्ट्री दे अंदर एंटर करिया ते सानूं महसूस ही नहीं होया कि कोरोना है। तुसीं अपनी इंडस्ट्री नूं अपनी फैक्ट्री नूं जिस तरह अज मेंटेन रख्या होया सफाई पक्खों, ते तुसीं इह सारा कुछ किस तरह अपने दिमाग विच प्लानिंग कीती होई इन्हां दिनां दे? देखो जी, जो दिमाग च होंदा उही बाहर होंदा। जे दिमाग साफ है तो आला दुआला भी साफ चाहिए। जे तुसीं आला दुआला सारा साफ देंगे और इसके का मतलब है कि असीं दिमाग च भी चंगा ही सोचते हैं। मठाड़ू जी आप गल करते हैं थोड़ी इंडस्ट्री की आरटेक मोल्ड प्राइवेट लिमिटेड जी फर्म है दुनिया भर के जेकर गल करिए, अपनी स्ट्रगल इस लाइन के कदों शुरू की, कितनी उम्र तो शुरू करी और कि साढ़े दर्शकों उस सारी अपनी स्ट्रगल की लाइफ जी साझी कर लियो। दसा जी के 1986 सब तो पहला मैं अपनी एजुकेशन कंप्लीट करने के बाद एग्रीकल्चर इंप्लीमेंट्स का काम शुरू किया, बनाने शुरू किए, बटाले तो शुरू किया, डेरा बाबा नानक रोड की फैक्ट्री लगाई और 3 साल तक मैं लगातार इंप्लीमेंट्स बनाए। ये सब किया मैं पंजाब की खेतीबाड़ी को। उस बाद मन च चाव पैदा होया कि कुछ वही इंडस्ट्री जाएगा है, तो लुधियाना एक अच्छी इंडस्ट्री थी, लुधियाने आके कुछ काम देखते हैं, इतने फिर इंडस्ट्री लगावे। इतने आके फिर मैं टूल एंड डाई का काम कोई अच्छा लगे वो तो मेरी अजय यंग एज सी, बचपन ही समझ लो होंगी जवानी होंगी आ उस टाइम तो असं ये देखते हैं साढ़ा एक एम होंगे है कि एक अच्छा घर चाहिए है, अच्छी इंडस्ट्री चाहिए है, सब कुछ अपना भी होना चाहिए है, कुछ वक्रा ना चाहिए है, कम भी ऐसा चाहिए है कि जो तो इनकम के नाल ना कोई देश को भी सर्व कर सकती है, क्योंकि जवानी एक ऐसी होंगी है जो असं देश का एक नारा होंगे कि जय जवान जय किसान के एक नारा सी, हाँ जी अपने देश बारे सोचना, तो उस टाइम तो इदा का एक दिमाग ख्याल होता है कुछ वक्रा गया। उदो फिर लुधियाने के मैं रिवर्स इंजीनियरिंग का काम शुरू किया टूल एंड डाई, जिदा कि रबड़ के पार्ट्स ने प्लास्टिक पार्ट्स ने या होर कई कुछ ने, तो सो इस काम में ये एक डिजाइनिंग होती है रिवर्स इंजीनियरिंग होती है जिस तो सारी इंडस्ट्री अगे मूव करती है, वो स्टार्टिंग जी डाई तो होती है। सो जो असी मोल्ड बनाने शुरू किए डाई बनाने शुरू की हौली हौली वो इन्नी कि ज़्यादा इंप्रूवमेंट लेके आई कि बहुत एक वधिया किस्म के असी मोल्ड और एक नाम भी कमाया और असी उन्होंने एक्सपोर्ट भी किया बाहर भी भेजा, तो अज असी हौली हौली पहुँचते पहुँचते अज मैं इस स्टेज तक पहुँच गया कि हम अभी USA और कैनेडा और होर बहुत सारी कंट्री में असं एक्सपोर्ट भी करते हैं, बहुत सारिया इंडल असं बाहर भी। देखो जी सब तो बड़ी अचीवमेंट होती है मन में खुश मन का सुकून, मन का सुकून यह है कि मेरे आले दुआले के लोग मेरे देश के लोग मैं जो काम कर रहा जो भी काम कर रहा वो कोई नुकसान तो नहीं कर रहा, पोल्यूशन तो नहीं कर रहा, कोई मैं अपने अंदर कोई इदा का तियाब तो नहीं पैदा कर रहा, कोई फैक्ट्री के अंदर कोई जमीन के बच्चे नहीं पा रहा, बोल तो नहीं पा रहा, लोगों की सेहत में खिलवाड़ तो नहीं कर रहा। सब तो पहले ये सोच होनी चाहिए और उस तो जो कमाई कर रहे हैं वो ठीक तरीके ना कर देश के भी काम आ रहे, कोई नुकसान तो नहीं कर रहा, जा कोई टैक्स की चोरी तो नहीं हो रही, कुछ कोई जो वर्कर मेरे को काम करते हैं वो सारे खुश ने सैटिस्फाई ने, ये सब कुछ होंगे है ਇਹਦੇ ਨਾਲ ਮਨ ਨੂੰ ਜਿੱਥੇ ਖੁਸ਼ੀ ਮਿਲਦੀ ਹੈ ਇਹੀ ਸਭ ਤੋਂ ਵੱਡੀ ਚੀਜ਼ ਹੈ। ਤੁਸੀਂ ਇਹ ਗੱਲ ਕਰਕੇ ਜਵਾਨੀ ਦੇ ਵਿੱਚ ਤੁਸੀਂ ਜਦੋਂ ਇਸ ਲਾਈਨ ਦੇ ਵਿੱਚ ਆਏ ਤਾਂ ਸੋਚਿਆ ਕਿ ਲੁਧਿਆਣਾ ਦੇ ਵਿੱਚ ਆਪਾਂ ਆਪਣੀ ਕਿਸਮਤ ਅਜ਼ਮਾਈਏ ਇਸ ਲਾਈਨ ਦੇ ਵਿੱਚ, ਪਰ ਜਦੋਂ ਕਿ ਜਵਾਨੀ ਦੀ ਉਮਰ 'ਤੇ ਸਾਡਾ ਪੰਜਾਬੀ ਸੋਚਦਾ ਕਿ ਕਿਉਂ ਨਾ ਆਪਾਂ ਆਪਣੀ ਕਿਸਮਤ ਅਜ਼ਮਾਈਏ ਇੰਡੀਆ ਤੋਂ ਬਾਹਰ ਜਾ ਕੇ, ਅਤੇ ਉਸ ਸਮੇਂ ਵੀ ਸਾਡੇ ਨੌਜਵਾਨੀ ਸੋਚ ਵਾਲੀ ਸੀ, ਉਦੋਂ ਤੁਹਾਡੇ ਦਿਮਾਗ ਵਿੱਚ ਇਹ ਗੱਲ ਨਹੀਂ ਆਈ? ਨਹੀਂ, ਉਸ ਟਾਈਮ 'ਤੇ ਇੱਦਾਂ ਦੀ ਕੋਈ ਨਹੀਂ ਚੱਲ ਰਹੀ ਸੀ, ਕਿਉਂਕਿ ਐਜੂਕੇਸ਼ਨ ਠੀਕ ਸੀ, ਬੇਸ ਅੱਛਾ ਸੀ और टैक्नीकल माइंड से साढ़े को जिन्ना इस टाइम आया, क्योंकि मैं बाहर भी जाना देखना कैनेडा बच्चे बहुत जा रहे हैं, मैं पिछले कैनेडा भी गया जी ना बच्चों को कई बार इतने स्पीच भी लगा ये गल कहना है कि तुम बाहर जाते हो हूँ कैनेडा जाते कैनेडा सब बच्चे इस वेल भर जो किसी ने पूछे कैनेडा जाना हाँ जी हाँ जी जा रहे हैं, कारण की है उत्थे जाके असं नौकरी करना हूँ बिजनेस करना है एंटरप्रेन्योर बनना है, असल च एंटरप्रेन्योर बन के ही तुम जिंदगी का एक स्वाद एक मजा लै सकते हो, एक बलवी से जा सकते हो, तो लाइफ एक बेचने लगी। हिंदुस्तान की आबादी 135 करोड़, जिन्ना माल तुम 135 करोड़ में दे सकते हो, पौने 4 करोड़ आबादी है कैनेडा, फिर
पौने 4 करोड़ की बना के की बेचो, ਤੁਸੀਂ ਉਹ ਟਾਰਗੇਟ ਜਿਹੜੇ ਆ ਉਹ ਤੁਹਾਡੇ ਬੜੇ ਛੋਟੇ ਰਹਿ ਗਏ। ਤੁਸੀਂ ਉੱਥੇ ਇੰਡਸਟਰੀ ਕਿੱਦਾਂ ਚਲਾਓਗੇ? ਔਰ ਜੋ ਇੰਡਸਟਰੀ ਚਲਾ ਕੇ ਇੰਡੀਆ 'ਚ ਤੁਸੀਂ ਕੰਮ ਕਮਾਈ ਕਰ ਸਕਦੇ ਹੋ, ਪੈਸੇ ਕਮਾ ਸਕਦੇ ਹੋ, ਇਸ ਨੂੰ ਵੱਡਾ ਬੁਲੰਦੀ ਤੱਕ ਲੈ ਜਾ ਸਕਦੇ ਹੋ, ਤੁਸੀਂ ਹੋਰ ਵੀ ਕਿਤੇ ਜਾ ਸਕਦੇ। ਦੂਜੀ ਗੱਲ ਮੈਂ ਸਰ ਤੁਹਾਡੀ ਗੱਲ ਵਿੱਚ ਕਰਦੀ ਹਾਂ, ਇੱਕ ਮਿੰਟ ਮੇਰਾ ਕੁਝ ਵਿੱਚ ਰਹਿ ਜਾਏਗਾ। ਤੁਹਾਡੀ ਅੱਜ ਪਹਿਚਾਣ ਹੈ ਲੋਕਾਂ ਦੇ ਵਿੱਚ ਇੱਕ A1 ਬਿਜ਼ਨਸਮੈਨ ਦੇ ਰਿਗਾਰਡਿੰਗ, ਕਿਉਂਕਿ ਇੰਡਸਟਰੀ ਮਾਲਕ ਦੇ ਰਿਗਾਰਡਿੰਗ, ਬਟ ਤੁਹਾਡੀ ਜਿਹੜੀ ਤੁਸੀਂ ਹੁਣੇ ਇੱਕ ਪੁਆਇੰਟ ਦਿੱਤਾ ਹੈ, ਉਹ ਪੁਆਇੰਟ ਦੇ ਵਿੱਚ ਤੁਹਾਡੇ ਸ਼ਬਦ ਦਰਸਾ ਰਹੇ ਨੇ ਕਿ ਤੁਸੀਂ ਇੱਕ ਬੈਸਟ ਸੇਲਮੈਨ ਹੋ। ਕੋਈ ਆਪਣੀ ਪ੍ਰੋਡਕਟ ਨੂੰ ਕਿੱਥੇ ਸੇਲ ਕਰਨਾ ਹੈ ਅਤੇ ਕਿਸ ਤਰ੍ਹਾਂ ਸੇਲ ਕਰਨਾ ਹੈ, 4 ਕਰੋੜ ਵਾਲੀ ਆਬਾਦੀ ਦੇ ਵਿੱਚ ਕਰਨਾ ਹੈ ਜਾਂ ਆਪਾਂ ਇੰਡੀਆ ਵਾਲੀ ਆਬਾਦੀ ਦੇ ਵਿੱਚ ਕਰਨਾ, ਇਹ ਵਿਚਾਰ ਤੁਹਾਨੂੰ ਕਿੱਥੋਂ ਘੁਰਦੇ ਨੇ? ਦੇਖੋ ਜੀ, ਇਹ ਤਾਂ ਓਬਵੀਅਸ ਹੀ ਹੈ ਕਿ ਜਿੱਥੇ ਆਬਾਦੀ ਜ਼ਿਆਦਾ ਹੈ ਉੱਥੇ ਮਾਲ ਜ਼ਿਆਦਾ ਵਿਕਦਾ, ਔਰ ਜਿੰਨਾ ਮੀਡੀਅਮ ਵਰਗ ਸਾਡਾ ਇੰਡੀਆ 'ਚ ਹੈ ਉਹਨਾਂ ਕਿਤੇ ਵੀ ਨਹੀਂ ਹੈ, ਔਰ ਜਿੰਨਾ ਮਾਲ ਸਾਡੇ ਵਿਕ ਸਕਦਾ ਉਹਨੇ ਕਿਤੇ ਵਿਕ ਨਹੀਂ ਸਕਦਾ। ਅੱਜ ਪੂਰੀ ਦੁਨੀਆ ਦੀ ਨਜ਼ਰ ਜਿਹੜੀ ਆ ਉਹ ਹਿੰਦੁਸਤਾਨ ਦੀ ਬਣੀ ਹੋਈ ਹੈ, ਪੂਰੀ ਦੁਨੀਆ ਦੀ ਨਜ਼ਰ। ਔਰ ਜੇ ਅਸੀਂ ਆਪਣੇ ਦੇਸ਼ 'ਚ ਰਹਿ ਕੇ ਆਪਣੇ ਮੁਲਕ 'ਚ ਬਹਿ ਕੇ ਆਪਣੇ ਲੋਕਾਂ ਦੇ ਵਿੱਚ ਨਹੀਂ ਕੰਮ ਕਰ ਸਕਦੇ ਤਾਂ ਫਿਰ ਅਸੀਂ ਕਿੱਥੇ ਕਰਾਂਗੇ? ਜਿੰਨਾ ਖੁਸ਼ ਅਸੀਂ ਆਪਣੇ ਲੋਕਾਂ 'ਚ ਹੋ ਸਕਦੇ ਹਾਂ ਉਹਨਾਂ ਅਸੀਂ ਕਿਤੇ ਹੋਰ ਨਹੀਂ ਹੋ ਸਕਦੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਜਦੋਂ ਅਸੀਂ ਦੇਸ਼ ਤੋਂ ਬਾਹਰ ਜਾਂਦੇ ਹਾਂ, ਚਲੋ ਠੀਕ ਹੈ ਸਾਨੂੰ ਇੰਗਲਿਸ਼ ਵੀ ਆਉਂਦੀ ਹੈ, ਦੂਜੀਆਂ ਭਾਸ਼ਾ ਵੀ ਆਉਂਦੀਆਂ ਨੇ, ਪੜ੍ਹ ਵੀ ਜਾਂਦੇ ਹਾਂ, ਪਰ ਇੱਕ ਮਾਂ ਬੋਲੀ, ਮਾਂ ਬੋਲੀ ਕੋ ਕਹਿੰਦੇ ਹਾਂ ਸਾਡੀ ਮਾਤਾ, ਇਹ ਧਰਤੀ ਮਾਤਾ ਜਿੱਥੇ ਅਸੀਂ ਜਨਮ, ਇੱਥੋਂ ਦੀ ਮਿੱਟੀ ਦੀ ਖਿੱਚ ਹੈ। ਜਦੋਂ ਤੁਸੀਂ ਪੰਜਾਬੀ ਬੋਲਦੇ ਹੋ, ਆਪਣੀ ਭਾਸ਼ਾ ਬੋਲਦੇ ਹੋ, ਤਾਂ ਤੁਹਾਨੂੰ ਕੁਛ ਸੋਚਣਾ ਨਹੀਂ ਪੈਂਦਾ। ਜਿੱਦਾਂ ਹੁਣ ਮੈਂ ਤੁਹਾਨੂੰ ਸਪੀਚ ਦੇ ਰਿਹਾ, ਤੁਹਾਨੂੰ ਸੋਚਣਾ ਨਹੀਂ ਪੈਂਦਾ। ਜਦੋਂ ਤੁਸੀਂ ਕਿਸੇ ਦੂਜੀ ਭਾਸ਼ਾ 'ਚ ਬੋਲਦੇ ਹੋ ਤਾਂ ਪਹਿਲਾਂ ਤੁਹਾਡਾ ਦਿਮਾਗ ਉਹਨੂੰ ਟਰਾਂਸਲੇਟ ਕਰ, ਅਤੇ ਉਹ ਦਿਮਾਗ ਤੁਹਾਡਾ ਥੱਕ ਜਾਂਦਾ। ਅਤੇ ਜਿੰਨਾ ਤੁਸੀਂ ਸਕੂਨ ਆਪਣੀ ਭਾਸ਼ਾ 'ਚ, ਆਪਣੇ ਲੋਕਾਂ 'ਚ, ਆਪਣੀ ਮਿੱਟੀ 'ਚ ਕਰਦੇ ਹੋ, ਉਹ ਬਾਹਰ ਜਾ ਕੇ ਉਹਨਾਂ ਸਕੂਨ ਹੋਊਗਾ। ਦੇਖੋ ਜੀ, ਸਭ ਤੋਂ ਵੱਡੀ ਅਚੀਵਮੈਂਟ ਹੈ ਕਿ ਅੱਜ ਅਸੀਂ ਜੋ ਮਟੀਰੀਅਲ ਹੈ ਉਹ ਆਊਟ ਆਫ ਇੰਡੀਆ ਐਕਸਪੋਰਟ ਕਰ ਰਹੇ ਹਾਂ, ਬਾਹਰ ਜਾ ਰਹੇ ਹਾਂ, ਔਰ ਇੰਜੀਨੀਅਰਿੰਗ ਆਈਟਮ ਐਕਸਪੋਰਟ ਕਰ ਰਹੇ ਹਾਂ। ਇੱਦਾਂ ਨਹੀਂ ਹੈ ਕਿ ਅਸੀਂ ਕੁਛ ਬਣਿਆ ਬਣਾਇਆ ਜਾਂ ਕੁਛ ਸਬਜ਼ੀਆਂ ਜਾਂ ਹੋਰ ਕੋਈ ਚੀਜ਼ਾਂ ਬੀਜ ਰਹੇ ਹਾਂ, ਅਸੀਂ ਇੰਜੀਨੀਅਰਿੰਗ ਦੀ ਆਈਟਮ, ਹੋਰ ਟੈਕਨੀਕਲ ਆਈਟਮਾਂ ਜਿਹੜੀਆਂ ਅਸੀਂ ਇੱਥੇ ਪ੍ਰੋਡਕਟ ਜਿਹੜੇ ਡਿਵੈਲਪ ਕਰਦੇ ਹਾਂ। ਈਵਨ ਸਾਡੇ ਬਾਇਰ ਨੇ ਸਾਡੇ ਕੋਲੋਂ ਕੁਛ ਸਾਈਨਿੰਗ ਅਥਾਰਟੀ ਲਈਆਂ ਨੇ, ਸਾਡੇ ਕੋਲ ਸਾਈਨ ਕਰਵਾ ਕੇ ਲਿਆ ਉਹਨਾਂ ਨੇ ਕਿ ਤੁਸੀਂ ਕੁਛ ਵੀ ਆਈਟਮ ਜਿਹੜੀ ਲੈਣੀ ਹੈ ਉਹ ਬਾਹਰੋਂ ਚਾਈਨਾ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਲੈ ਕੇ ਨਹੀਂ ਦੇਣੀ, ਉਹ ਅਸੀਂ ਸਾਰੀਆਂ ਇੱਥੇ ਡਿਵੈਲਪ ਕਰਦੇ ਹਾਂ, ਔਰ ਕੀਤੀਆਂ ਨੇ, ਉਹ ਬੜੇ ਖੁਸ਼ ਨੇ, ਔਰ ਇਹ ਸਾਡੀ ਬੜੀ ਵੱਡੀ ਅਚੀਵਮੈਂਟ ਹੈ ਕਿ ਅਸੀਂ ਆਪਣੇ ਦੇਸ਼ 'ਚ, ਆਪਣੇ ਮੁਲਕ 'ਚ ਚੀਜ਼ਾਂ ਬਣਾ ਕੇ ਆਪਣੇ ਪੰਜਾਬ ਦੀ ਧਰਤੀ 'ਤੇ ਬਣਾ ਕੇ ਦੁਨੀਆ ਨੂੰ ਸਰਵ ਕਰ ਰਹੇ। ਤੇ ਇੱਕ ਜਦੋਂ ਸਾਡੀ ਸਿਟੀ ਲਾਈਟ ਟੀਮ ਤੁਹਾਡੀ ਫੈਕਟਰੀ ਦੇ ਅੰਦਰ ਐਂਟਰ ਕਰਿਆ ਤੇ ਸਾਨੂੰ ਇੱਕ ਵੱਖਰਾ ਮਾਹੌਲ ਮਿਲਿਆ, ਕਿਉਂਕਿ ਜਿੱਥੇ ਅਨਦਰ ਫਰਮਾਂ ਦੇ ਵਿੱਚ ਪ੍ਰਵਾਸੀ ਭਾਈਚਾਰਾ ਵਰਕ ਕਰ ਰਿਹਾ, ਉੱਥੇ ਤੁਸੀਂ ਆਪਣੇ ਕੰਪਿਊਟਰ ਤੇ ਆਪਣੇ ਲੀਗਲ ਵਰਕਰੀ ਤੇ ਪੰਜਾਬੀ ਮੁੰਡੇ ਵੀ ਬਿਠਾਏ ਹੋਏ ਨੇ। ਦੇਖੋ ਜੀ, ਪੰਜਾਬੀ ਨਾਲ ਗੱਲ ਕਰਦੇ ਤਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਜਦੋਂ ਅਸੀਂ ਪੰਜਾਬੀ ਬੋਲਦੇ ਹਾਂ, ਆਪਣੀ ਮਾਂ ਬੋਲੀ ਬੋਲਦੇ ਹਾਂ, ਤਾਂ ਸਾਨੂੰ ਸਕੂਨ ਮਿਲਦਾ। ਪਹਿਲੀ ਗੱਲ ਤਾਂ ਸਾਨੂੰ ਹਮਕੋ ਤੁਮਕੋ ਨਹੀਂ ਕਰਨਾ ਪੈਂਦਾ, ਲੇਬਰ ਲਿਆਵਾਂਗੇ। ਸਾਡੇ ਪੰਜਾਬੀ ਜਿਹੜੇ ਬੰਦੇ ਨੇ ਇੱਥੇ ਪੰਜਾਬ ਦੇ ਵਿੱਚ ਇਸ ਟਾਈਮ 'ਤੇ, ਅਗਰ ਉਹ ਵਿਹਲੇ ਨੇ ਔਰ ਜਿੰਨਾ ਦਿਮਾਗ ਉਹਨਾਂ ਦਾ ਕੰਮ ਕਰਦਾ, ਉਹਨਾਂ ਨੂੰ ਸਮਝਾਉਣ ਲੱਗਿਆ ਸਾਨੂੰ ਜਿੰਨਾ ਈਜ਼ੀ ਹੈ, ਉਹਨਾਂ ਕਿਸੇ ਹੋਰ ਭਾਸ਼ਾ 'ਚ ਸਮਝਾਉਣਾ ਵੀ ਸਾਨੂੰ ਔਖਾ ਹੈ। ਔਰ ਦੂਸਰੀ ਗੱਲ ਕਿ ਸਾਡੇ ਜਿਹੜੇ ਪੰਜਾਬੀ ਲੋਕ ਨੇ, ਉਹ ਦਿਮਾਗ ਉਹਨਾਂ ਦੇ ਤੇਜ਼ ਨੇ, ਅੱਛੇ ਦਿਮਾਗ ਰੱਖਦੇ ਨੇ, ਵੱਡੇ ਦਿਮਾਗ ਦੇ ਲੋਕ ਨੇ, ਖੁਸ਼ ਮਿਜਾਜ ਨੇ, ਔਰ ਇਹ ਕਦਰ ਕਰਦੇ ਨੇ, ਇੱਜ਼ਤ ਕਰਦੇ ਨੇ। ਉਹ ਸਾਡੇ ਮੇਰੇ ਕੋਲ ਇੱਥੇ 16-17 ਸਾਲ ਤੋਂ ਵੀ ਬੰਦੇ ਕੰਮ ਕਰ ਰਹੇ ਨੇ, ਪੁਰਾਣੇ ਬੰਦੇ ਨੇ ਸਾਰੇ, ਔਰ ਉਹ ਬੜੀ ਇੱਜ਼ਤ ਕਰਦੇ ਨੇ, ਜਿੱਥੇ ਉਹ ਮੇਰੀ ਰਿਸਪੈਕਟ ਕਰਦੇ ਨੇ, ਮੈਂ ਉਹਨਾਂ ਦੀ ਰਿਸਪੈਕਟ ਕਰਦਾ ਹਾਂ। ਆਪਣੇ ਲੋਕ ਨੇ, ਆਪਣਾ ਜਿਹਾ ਮਹਿਸੂਸ ਹੁੰਦਾ, ਇੱਕ ਆਪਣਾਪਨ ਮਹਿਸੂਸ ਹੁੰਦਾ। ਔਰ ਜਦੋਂ ਅਸੀਂ ਦੂਸਰੇ ਤਾਂ ਅਸੀਂ ਦੂਜੇ ਬੰਦੇ ਰੱਖੀਏ ਨਾ, ਕੋਈ ਸਾਡੇ ਕੋਲ ਆਪਣੀ ਲੇਬਰ ਨਾ ਹੋਵੇ, ਜਦੋਂ ਸਾਡੇ ਕੋਲ ਆਪਣੇ ਸਕਿੱਲਡ ਲੋਕ ਹੈ ਨੇ, ਫਿਰ ਅਸੀਂ ਦੂਜੇ ਬੰਦੇ ਕਿਉਂ ਰੱਖੀਏ? ਇਹ ਸਾਨੂੰ ਆਪਣੇ ਪੰਜਾਬ ਵਾਸਤੇ ਵੀ ਸੋਚਣਾ ਚਾਹੀਦਾ, ਹਰ ਇੱਕ ਦੀ ਸੋਚ ਹੋਣੀ ਚਾਹੀਦੀ ਹੈ, ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੰਜਾਬੀ ਮੁੰਡੇ ਅਗਰ ਤੁਹਾਡੇ ਕੋਲ ਆਉਂਦੇ ਨੇ, ਮੈਨੂੰ ਚਾਹ ਚੜ੍ਹ ਜਾਂਦਾ ਜਦੋਂ ਪੰਜਾਬੀ ਮੁੰਡੇ ਆਉਂਦੇ ਨੇ ਮੇਰੇ ਕੋਲ ਫੈਕਟਰੀ ਵਿੱਚ ਕੰਮ ਤੇ, ਤੁਹਾਨੂੰ ਲੱਗ ਜੂ ਨਾ, ਮੈਨੂੰ ਕਹਿੰਦਾ ਆਓ ਜੀ, ਜੀਆ ਨੂੰ ਬਿਠਾ ਕੇ ਉਹਨਾਂ ਦਾ ਨੰਬਰ ਲੈਣਾ, ਬਕਾਇਦਾ ਉਹਨਾਂ ਦੇ ਗੱਲਬਾਤ ਕਰਦਾ, ਔਰ ਜਿੱਦਾਂ ਮੈਨੂੰ ਜ਼ਰੂਰਤ ਹੁੰਦੀ ਹੈ ਮੈਂ ਫੋਨ ਕਰਕੇ ਮੈਨੂੰ ਬੁਲਾ ਲੂੰ। ਅੱਛਾ, ਤੇ ਇਸ ਲੋਕਡਾਊਨ ਦੌਰਾਨ ਜੇਕਰ ਦੇਖਿਆ ਜਾਵੇ ਤਾਂ ਇੰਡਸਟਰੀ ਦੇ ਜਿਹੜਾ ਪ੍ਰਵਾਸੀ ਭਾਈਚਾਰਾ ਲੇਬਰ ਹੈ ਉਹ ਲੁਧਿਆਣਾ ਛੱਡ ਕੇ ਜਾ ਰਹੀ ਹੈ, ਔਰ ਇੰਡਸਟਰੀ ਵਾਲੇ ਬੜੇ ਇੰਟੈਂਸ਼ਨ ਵਿੱਚ ਨੇ। ਤੇ ਤੁਸੀਂ ਜਿਸ ਤਰ੍ਹਾਂ ਆਪਣੇ ਪੰਜਾਬ ਨੂੰ ਔਰ ਆਪਣੇ ਪੰਜਾਬੀਆਂ ਨੂੰ ਉੱਚਾ ਚੁੱਕਣ ਲਈ ਤੁਸੀਂ ਇੱਕ ਇਹ ਹਮਲਾ ਰੱਖਿਆ ਹੋਇਆ ਆਪਣੀ ਫੈਕਟਰੀ ਦੇ, ਆਪਣੀ ਫਰਮ ਦੇ ਵਿੱਚ, ਉਹਨਾਂ ਨੂੰ ਤੁਸੀਂ ਉਹ ਇੰਡਸਟਰੀ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਸਿਰਫ ਪ੍ਰਵਾਸੀ ਭਾਈਚਾਰੇ ਦੇ ਸਿਰ ਦੇ ਉੱਤੇ ਆਪਣੀ ਇੰਡਸਟਰੀ ਰੱਖੀ ਬੈਠੇ? ਦੇਖੋ ਜੀ, ਮੈਂ ਤਾਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਪੰਜਾਬੀ ਪਿੰਡਾਂ ਦੇ ਵਿੱਚ ਜਿੱਥੇ ਵੀ ਹਨ,
बेनती करो लेके आओ, प्लास्टिक लेके आओ, बहुत लोग बेरोजगार हैं, उनको काम नहीं मिलता। अगर वो काम से आते हैं, मैं देखा कि फोटो पॉइंट के ये आम जी गल सी, जो फैक्ट्रिया के बहिए या प्रवासी मजदूर जो फोरमैन या वो गेटते होंगे कि जो कोई पंजाबी आता से उन्होंने अंदर नहीं जाने की आम गल सुन सकती है। वो सिर्फ अपने ही बंद अंदर वाड़ते हैं, पंजाबियों को अंदर नहीं जाते हैं। सो मालकों को भी कोशिश करनी चाहिए है कि असी पंजाबी बंदे अगर आते हैं, एक तो पंजाबी बंदा गेट के बताइए, जो एचर ने वो पंजाबी रखिए ताकि पंजाबियों को प्रैफर कर जो होने लॉकडाउन के दौरान इन्हों नुकसान होया नुकसान नहीं। एक होर सर, जो सिटी लाइफ की टीम भी थोड़ी फैक्ट्री के अंदर आई, सू बहुत खुशी हुई देख के, जिथे इस वक्त इंडस्ट्री ओनर के जो फैम बच्चे ने वो कह रहे हैं असं इंडस्ट्री का काम नहीं सामना, पिता जी साडा एम वक्रा आ, उत्थे ही तुहाडा बेटा तुहाडे मोढ़े नाल मोढ़ा ला के खड़ा है, तुसीं ये संस्कार वो बच्चे ने किस तरह तुहाडी जो मैमरी है उसनों गेन किया। मैं गुरबाणी की गल करूंगा, गुरु नानक साहब की बाणी आती है गुरबाणी से, कहते जे दुविधा है कि होंगे ये परिवार से दुविधा आ रही, बच्चा किसी होर पास जा रहा है, माँ प्यो किसी होर पास जा रहा, वो दुविधा है। बच्चे के मन से दुविधा है कि मैं फॉरन जावगा उसे काम कराँगा, माँ प्यो कहता तू इतने कर, कहते दिमाग चल गया ठीक है कि बच्चा ठीक सुनता है, क्या बाहर जाके पता नहीं कि पता की कर देगा। देखो गुरु साहब एक गल समझाते हैं, कहते हो इकत्र मिलो मेरे भाई, दुविधा दूर करो लियो लाए, हर नाम ने के हो वो जो भी गुरमुख बैसो सफल शायद, इन्हें विद पासा ढालो वीर, गुरमुख नाम जपो दिन राती अंतकाल नहीं लाती। गुरबाणी जी गुरु साहब ने समझाया कि जो थोड़े मन से दुविधा आ गया, बच्चों ने आ गया, सारा परिवार इकट्ठा होकर मेडिटेशन करो, और ये सब तो वधिया तरीका असं अपने बच्चों नाल बिठाने अज भी बहने फैमिली च और इकट्ठे बैठ के असं मेडिटेशन करते हैं पूरा परिवार। उस होंगे है कि साढ़े एक दूजे की खिलाफत नहीं होती, जो एक कहना दूजा ना बना देगा, यही एक तरीका है जी। इस तो वाला मठारू जी, आर्टिक मॉल प्राइवेट लिमिटेड ने हुण तक दुनिया में नवे तो नवा प्रोडक्ट दिता है, जेकर गल करिए 2020 की, तो 2020 लैके थोड़े दिमाग के आर्टिक मॉल प्राइवेट लिमिटेड राही एक वक्रा कोई होर प्रोडक्ट भी चल रहा होगा इस वक्त, क्योंकि तुम इधर देखे जाए अचीवर हो और दिमाग के एक अचीवमेंट लैन तो बाद सैकेंड अचीवमेंट बारे सोच लग जाते, तो 2020 बारे थोड़ी की प्लैनिंग है। देखो जी, तो प्लानिंग तो हर टाइम दिमाग से चलती रहती है, असं नवी चीज़ा खोलते रहने, सब तो ज़्यादा अभी सब तो पहली खोज साड़ी होती है कि जिहड़ियां चीज़ा बाहरों इंपोर्ट हो रही चाइना तो इंपोर्ट हो रही खास करके असं उसके टारगेट नहीं है, क्योंकि असं गल पर रिवर्स इंजीनियरिंग का काम करते हैं, कंपनी से जाने उन्होंने कहने कि जिहड़ियां चीज़ा थोड़ी बाहरों इंपोर्ट हो गई, जिदा कि जलंधर वाटर हीटर वगैरह वगैरह वो चीज़ा इंपोर्ट हो गई, असं उन्होंने कुछ ऐसा का पिछले डिवेल करके दिता जिदे इंपोर्ट बहुत घटी है, और अगर देश की इंपोर्ट घट गई तो देश तरक्की कर दे, तुम्हें पता कि साडा रुपया बाहर नहीं जाता, तो वह एक बेनीफिट ही होता है कि साडा जो टारगेट होता है कि असी कुछ नवा खोलते हैं। हुण भी कुछ इदा दियां बायोटेक्नोलॉजी के उत्ते कुछ आइटम ने, जिदा बायोडिग्रेडेबल आइटम ने, हुण साडी खोज बायोडिग्रेडेबल उत्ते चल रही है, उहदे उत्ते असी कुछ मशीनरी डिवेलप कर रहे हैं, वो आइटम असी छेती ही मार्केट के विच भी लैके आए। तुसीं अपनी इस खोज दे कितने करीब हो? ऑलमोस्ट असी को नहीं है, तकरीबन 80% असी कर चुके हैं, नेड़े हो चुके हैं, तो वो जो है साड़ी एक नवी टेक्नोलॉजी अभी गल कर रहे हैं, उसके कुछ इस तरह का कर रहे हैं कि जो ग्रीन वेस्ट है, ग्रीन वेस्ट के उत्तों असी किस तरीके असी जोड़े साढ़े ज्यादा जो तोड़ असी कढ़ रहे हैं थर्मोकोल का, और जड़िया चीज़ा सेहत वास्ते खराब ने उन्होंने इवेज के असी दूजी चीज़ें लैके आ रहे हैं, जिदा कि बायोडिग्रेडेबल फूड कंटेनर आ गए, जहाँ कप आ गए, ग्लास आ गए, कॉफी मग आ गए, इन चीज़ों को सुधार करना। और तो अन्य लगता है कि तो अभी जिधर एक हो जाए, इस दिन तो अपनी भारत सरकार तो हमें सहयोग देगी। देखो जी, सहयोग कुछ ना मिले पर कोई तंग ना करे, वो तो ऐसे ही अपने पैसे ना जो आप ही कोशिश कर रहे हैं कोई, तो देखो ये तो आप कर रहे हैं, कोई तो टेक्निकल चीज़ है वो आप बनाने पड़ती है, अपना दिमाग बरतना पड़ता है, असं भी तो भारत का एक अंग ही, असं भी तो सरकार का एक अंग ही है, सरकार का काम है देश में चलाना, साडा काम है इंडस्ट्री में चलाना, असं आप सोचा कुछ करा तो सरकार भी मदद कर देगी, जो असं आप ही उद्यम नहीं करा सरकार साड़ी की मदद करेगी, जब असं इस लैवल पर पहुंचा सरकार खुल जाएंगे सारी मदद कर। मठारू जी, जो कोई भी परसन अपने स्ट्रगल के राह चलता है कि उन्हें अचीवमेंटा लेनिया होंगे, तो कोई ना कोई उसका आइडियल परसन होंगे,
आइडियल पर्सन कौन सी है, लाइक केड़ी फर्म है जिन्हें तुसी अपना आइडियल लेके चलते हो और सोचते हो कि उसने क्रॉस करना है और इस वक्त तुसी अपने आप को बराबर महसूस कर रहे हो? देखो क्रॉस करना तो किसी का ये नहीं एम होना चाहिए कि मैं किसी को क्रॉस करना, फिर तो पैसे कमाने की होड़ है। जिस तरह जिदा अंबानी है उन्होंने पैसे कमाने की होड़ है, जिस तरह टाटा है उन्होंने देश की सेवा कर रही होड़ है, तो साढ़े आइडल ने, क्योंकि टाटा एक ऐसा ट्रस्ट है जिन्हें देश वास्ते बहुत कुछ किया है, पहला भी किया है अज भी कर रहा है, और असं सल्यूट करते हैं उन्होंने सोच में, और असं इदा का अपना दिमाग रखना चाहते हैं कि कम इदा का करिए जिदे देश की सेवा हो, जिस तरह की असं अपनी इंडस्ट्री बनाते हैं, इंडस्ट्री की वेस्ट है उन्होंने बचाया जाए, उन्होंने ठीक तरीके यूटिलाइज किया जाए, जो डिस्पोज ऑफ किया जाए कि किसी नुकसान ना हो। अगर असं एयर पोल्यूट कर रहे हैं तो असं अपने ही लोगों को बीमार कर रहे हैं, आप ही बीमार हो रहे हैं, सो इदा दी चीज़ों को बचाया जाए, यही एक सही जो मेरा संदेश है लोगों को। जो आप टाटा की गल करिए सब तो ज्यादा खास ऐसे काम किए, ऐसी टेक्नोलॉजी डेवलप की जिसके नाल लोगों का भला होया, देश का भला होया। टाटा का मतलब ये टाटा ने कोई नॉन ये कंपनियां होंगे ने नॉन प्रॉफिटेबल कंपनियां होंगे ने, ये एक ट्रस्ट है और ट्रस्ट के कोई प्रॉफिट वालों नहीं जाया जाता, वह एक मालिक नहीं होंगे, उन्होंने एक होर नहीं होंगी नंबर वन पर आने की, उन्होंने कुछ सर्विस देने की होर होंगी है, क्योंकि छोटा काम नहीं करते, चीप काम नहीं करते। तुम देखते हो देश की जिनी इंडस्ट्री जो स्टार्ट होया कि ट्रक आया, जो ट्रक अज टाटा का ना होंगे तो शायद असं बाहर के लोगों पर डिपेंड करते हैं ना। इस तरह जो रेल लाइन जी रेलवे से इन्ना सफर करते हो, इंडियन रेलवे कितनी बड़ी है, जो ट्रैक बनता वो भी टाटा ही, और बहुत सारी मशीनरी जो नवी नवी कुछ लगती है इंडिया के जी सीएनसी मशीन या रोबोटिक मशीन, ईवन मारुति की रोबोटिक सारी मशीन जी थी वो भी टाटा ने बनाई थी। सो इस तरह के काम जो टाटा ने किए तो नैचुरली सब सपोर्ट करना बन गई देश वास्ते। बहुत वधिया गल कही है सरदार रविंदर सिंह मठाड़ू जी ने, कहिंदे जदों अपनी सोच चीप नहीं होएगी, घटिया नहीं होएगी, दैन आपां अपनी अचीवमेंट लैण तों आपां नूं कोई भी नहीं रोक सकदा। जेकर गल करिए आरटेक मोल्ड प्राइवेट लिमिटेड दी, ते जनाब मेरा सवाल तुहानूं फिर उत्थे ही है कि तुसीं जिहड़ी 2020 दे विच अपनी प्लैनिंग सोची होई है तुसीं दस्सिया बायोटेक प्रोडक्ट दी, उह प्रोडक्ट ते तुसीं इस वक्त किन्ने करीब हो? क्योंकि लॉकडाउन के समय थोड़ा होर ज्यादा माइंड थोड़ा हम शार्प हो गया होना रेस्ट करके, जो 6 महीने लगने से हम किन्ने दिन करीब अपने आप को महसूस कर रहे हो? देखो जी 2-3 महीने के अपना सैंपल मार्केट चाहते हैं कि आरटेक मोल्ड प्राइवेट लिमिटेड जो 2020 के लिए एक सैंपल इंडिया के नाम तो पूरी दुनिया के लिए देन जा रही है, वह सैंपल 2-3 महीनों में ही नहीं जिस तरह ही लॉकडाउन खुलता है असं परमात्मा अरदास करते हैं कि इस सैंपल ने जी धूमां ने साडी भारत सरकार के कन्नां च पै जाण, जिसके नाल साडा पंजाबी नौजवान जिहड़ा इंडिया छड्ड के बाहर जांदा है वह पंजाब विच ही बैठे और देखे कि लुधियाणा दे विच ही कनेडा वसदा है। जेकर गल करिए आपां तुहाडी फर्म की आरटेक मोल्ड प्राइवेट लिमिटेड वालों, तुहाडे तां हुण जिन्हें भी पंजाबी मुंडिया ने काम किए हैं तो उन्होंने मुंडिया ने कोई अचीवमेंट पाई हैं या वो तुहाडे तक लेबर ते ही सीमित ने? नहीं जी, इस टाइम कोई तकरीबन 12-13 बच्चे ऐसे ने जो मेरे को काम सीख के गए, फैक्ट्री काम करके गए, उन्होंने अपन फैक्ट्रियां ने और बड़ा वधिया काम कर रहे हैं, मार्केट में अच्छा नाम है उन्होंने, और जो कहते हैं असं आरटेक मोल च काम किया है उन्होंने काम भी अच्छा लगता है, क्योंकि आरटेक मोल का भी एक नाम है। तो जो तुम लड़कियों की गल कर रहे हो कि वो तो सीख के उन्होंने अपनी फर्मां सेंड कीतियां ने, उन्होंने शहर के नाम दसोगे साडे दर्शकां नूं? मोस्टली लुधियाने से जी, ज़्यादा लुधियाने से नहीं, बाकी आउट ऑफ इंडिया ने कुछ लोग गए हैं जी। एक लड़का मेरे को कम सीख के गया सी कनाडा च, एक लड़का ऐसे ऑस्ट्रेलिया च अपना काम कर रहा है, इटली दे विच कर रहा है अपना जी जी। सो लुधियाने ते काफी पिछे आरटेक मोल्ड प्राइवेट लिमिटेड दे सरदार रविंदर सिंह मठाड़ू जी एक ऐसे गुरु ने जिन्होंने अपने ही शहर दे विच अपने चेलियां नूं रोजगार नहीं दिता, उन्होंने अपन इंडस्ट्रियां जीडिया ने इस मौके चल रही ने। तो मठाड़ू जी जेकर आप गल करिए हूँ के समय की, कोरोना के समय की आप गल करते हैं हूँ, क्योंकि करीब 2 महीने तक कोरोना चल रहा और इंडस्ट्री जी है छोटी और बड़ी इंडस्ट्री मंदी की मार हेट है, इस बारे अपना की विचार है?
देखो जी ये मंदा टेम्परेरी है, थोड़ी चल रहेगा क्योंकि जब तो सारा कुछ रुक गया है, मैनुफैक्चरिंग सारी रुकी हुई है, जब तो चलेगी सारी इकट्ठी चल रही, जोड़ा तो है जो टू व्हीलर चलते हैं, थ्री व्हीलर चलते हैं, फोर व्हीलर चलते हैं, देखो उन्होंने पार्ट तो कसने खराब तो होने, उ चीज़ा इतने लुधियाने बनती हैं, नेचुरली तो चलेगा तो दोबारा काम स्टार्ट रहेगा। और छोटी इंडस्ट्री और बड़ी इंडस्ट्री में अपने पहला वाली वजूद के उत्ते आने में कितना समय लग जाएगा लॉकडाउन खुलने तो बाद? देखो साल 6 महीने सब नॉर्मल हो जाएगा, लोग भूल जाएंगे। बहुत ही बढ़िया लगे सरदार रविंदर सिंह मठाणू जी के मुख तो ये शब्द सुन के और नाल ही उन्होंने समाइल देख के तुम समझ सकते हो कि इंसान पॉजिटिविटी नाल फुल भरे हुए ने, उन्होंने विच नैगेटिविटी है ही नहीं। उन्होंने किन्ने प्यारी समाइल के नाल जवाब दिता कि करीब 6 तो 1 साल महीने के लोग करोना भुल जाएंगे, जदों की सोशल मीडिया के उत्ते आ रहा कि 3-4 साल तक करोना इतने रहेगा। इस बारे अपना की विचार है? तो जी सब आपको अपने विचार में, पर जेकर सोचा जाए कि कुदरत उसी आप देखते हो कि कोई भी काम होंगे है, कोई घटना वापरती है, साल 6 महीने से उसी फुल कर देंगे। ये जो बीमारी है एक्चुअल हौली 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 घट जाएगी, लोगों का माइंड सैट उ हो जाएगा, जो अपने एंटीबॉडी अंदर पैदा हो जाएगी सारी बॉडी भी तो कर लेगी। किसी कोई टाइम होएगा जो लोगों को फ्लू होता है ना, जुकाम रेशा होता है, जब कि कहते थे जुकाम रेशा हो गया कि इन्हें मर जाना चाहे बीमार हो गया बहुत ज़्यादा, जब डायरिया होता थी डायरिया ने बहुत दुनिया मारती थी, फिर कोई टाइम सी उसकी दवाइया लगती आवली आवली सब ठीक हो गया, लोग भुल गए, हूँ जो किसी को होता है तो उसको गोली लैके खा लेना तो ठीक हो जाता। इस तरह की है बीमारी शायद रहेगी लेकिन लोग यूज हो जाएंगे ठीक हो जाएंगे जी, ऐसी गल नहीं है। जे असी तो उसकी दर भी देखी जाए कि किन्ने लोग यदि प्रभावित हुए हैं तो कि डैथ किन्नी हुई है तो कुछ ज़्यादा नहीं, 0.5% है इंडिया के, इंडिया के लोगों का इम्यून सिस्टम अच्छा है और लोग ठीक हैं तंदुरुस्त है, ऐसी कोई गल नहीं है, ठीक हो जाएगा जल्दी ठीक हो जाएगा, वो तो टाइम नहीं लगेगा। सरदार रविंदर सिंह मठाणू जी, जेकर देखा जाए इस वक्त लुधियाना की इंडस्ट्री के जो प्रवासी भाईचारा लुधियाना छड़ के अपने देश वापस जा रहा और इंडस्ट्री के जो ओनर ने वो इस वक्त टेंशन विच ने कि जो लॉकडाउन खुलेगा तो उन्होंने इंडस्ट्रियां किस तरह चलनगियां, इस बारे अपना की विचार है? देखो जी असं होर भी तो सोशल काम करते हैं, लंगर लाने बड़ा कुछ करते हैं, तो क्यों नहीं असं अपनी टीम बना के पिंडों पिंड जाया जाए, जो शहरों के नेड़े पिंड ने उन्हें जाके लोगों को जागरूक किया जाए कि तुम आओ इंडस्ट्री आओ, इंडस्ट्री बड़ी तुम कम दी है। सब तो पहली गल मैं तुमने एक गल कही थी कि जोड़िया बड़ी इंडस्ट्रियां ने उन्होंने की होंगे कि गेट के उत्ते एक अच्छा या कोई बंदा बैठा होंगे, और जो कोई पंजाबी जाता है, मैं एक बार किसी की गल सुन रहा है कि जो असी जाने कि मेरे को कुछ वर्कर आए इतने, मैं उन्होंने कहा तुम इतने इंडस्ट्री है नहीं है, कहते ज़्यादा वर्कर से जाओ, कहते जो इतने इदा होना कि भाइयों को प्रमोट करते हैं, जब असं गेट पर जाने सू मोट करते हैं, सो सारों लोगों पंजाबियों को प्रमोट करना चाहिए। साढ़े लोगों के दिमाग से है कि शायद प्रवासी लोग ही काम करते हैं, पंजाबी काम नहीं करते, पर इस तरह का कुछ नहीं है, और साढ़े को सारे बंदे पंजाबी 100% असं पंजाबी वर्कर रखते हैं, और जिन्ना काम ये करते हैं मैं कहना भी मैं दूजे भी बंदे रख के देखे ने नहीं कर सकते, और जिन्ना कटिंग एज टेक्नोलॉजी का काम अपने पंजाबी कर सकते हैं, जिन्ना हड बन सकते हैं अपने पंजाबी, और प्रवासी नहीं काम करते। सो मेरी यह बेनती है कि पंजाबियों को प्रमोट करो, जितने होर सोशल काम करते हैं ये भी एक सोशल काम शुरू किया जाए, चैनल राही जां सोशल टीम जिहड़ियां ने जां साडियां सोसाइटी एसोसीएशन बनी ने उन्होंने पिंडों पिंड लोगों को दस्या जाए कि आओ शहर काम करो, इस तरह हो सकता सब ठीक हो सकता। मठाणू जी जिथे साढ़े पंजाबी नौजवानों तुम इन्ना प्यार करते हो और अपनी फैक्ट्री उन्होंने प्रमोट करते हो, उन्होंने इंडस्ट्रियां भी खुलवाइया ने, और जेकर गल करिए पंजाबी नौजवानों की उन्होंने सरकार के नाल एक शिकायत है कि पंजाब के रोजगार नहीं है, कहते साडा सिस्टम ठीक नहीं है, साडी सरकार सानू सुविधावां नहीं दिंदी, तो उन्होंने नौजवानों को तुम की कहना चाहोगे? मैं तो पंजाबियों को एक गल संदेश दूंगा, बेनती करूंगा, पंजाबियों तगड़े होवो, पंजाबी कभी किसी के हाथ वाल नहीं देखता, पंजाब पंजाब जो है पंजाबी लोग हैं वो दलेर हैं, हड बनने वाले हैं, एक काम करने वाले हैं, सो इन्हें चाहिए कि अपने काम करो, अपने बिजनेस करो, बहुत कम है इंडिया के हिंदुस्तान बहुत कम है, ये भारत देश बहुत बड़ा है, बहुत कम है इतने, बहुत कारोबार है, पंजाब की इंडस्ट्री जिनी तुम इतने स्मॉल स्केल इंडस्ट्री लगा सकते हो उन्नी थोड़ी है, पिंडों पिंड लगा सकते हो, इन्ने कम ने कि तुहाडे कोल काम सारी जिंदगी नहीं मुक सकता,
ਜਿੰਨੇ ਲੋਕ ਜਿੰਨੇ ਨੌਜਵਾਨ ਪੰਜਾਬ 'ਚ ਹਨ, ਅਗਰ ਇੰਨੇ ਨੌਜਵਾਨ ਹੋਰ ਵੀ ਪੰਜਾਬ 'ਚ ਹੁੰਦੇ ਤਾਂ ਵੀ ਉਹਨਾਂ ਕੋਲ ਕੰਮ ਸੀ, ਐਂਟਰਪ੍ਰੀਨਰ ਬਣੋ। ਅਗਰ ਤੁਸੀਂ ਉਹਨੂੰ ਬਾਹਰੋਂ ਲੈ ਕੇ ਆਉਂਦੇ ਹੋ, ਜਿਹੜੇ ਬਾਹਰਲੇ ਮਜ਼ਦੂਰ ਆਉਂਦੇ ਉਹਨਾਂ ਕੋਲ ਕੰਮ ਕਰਾਓ, ਤੁਸੀਂ ਐਂਟਰਪ੍ਰੀਨਰ ਬਣੋ, ਕੰਮ ਦਿਓ। ਬਹੁਤ ਸਾਰੇ ਕੰਮ ਨੇ, ਬੜੇ ਤਰ੍ਹਾਂ ਦੇ ਕੰਮ ਨੇ ਕੰਮ। ਜਦੋਂ ਬਿਜ਼ਨਸ ਅਸੀਂ ਸੋਚਦੇ ਹਾਂ ਉਦੋਂ ਅਸੀਂ ਜਦੋਂ ਨਵਾਂ ਕੁਛ ਸੋਚਦੇ ਹਾਂ, ਅੱਜ ਦੀ ਡਿਮਾਂਡ ਹੈ, ਹੁਣ ਸਾਡੇ ਕੋਲ ਲੋਕ ਆਉਂਦੇ ਨੇ, ਸਾਡੇ ਕੋਲ ਅੱਜ ਦੀ ਡੇਟ ਦੇ ਵਿੱਚ ਫਲਿੱਪ ਕੈਪ ਦੇ ਲੋਕ ਲੈ ਕੇ ਆ ਰਹੇ ਨੇ, ਟ੍ਰਿਗਰ ਪੰਪ ਲੈ ਕੇ ਆ ਰਹੇ ਨੇ, ਹਾਂਜੀ ਹੈਂਡ ਸੈਨੇਟਾਈਜ਼ਰ ਪੰਪ ਲੈ ਕੇ ਆ ਰਹੇ ਨੇ। ਸੋ ਇੱਦਾਂ ਦੀਆਂ ਚੀਜ਼ਾਂ ਲੈ ਕੇ ਲੋੜ ਹੈ, ਇਹ ਆਉਣ ਵਾਲੇ ਸਾਲ ਦੋ ਸਾਲ ਚੱਲਣਾ ਹੀ ਚੱਲਣਾ ਹੈ, ਔਰ ਅੱਜ ਦੀ ਡੇਟ ਦੇ ਵਿੱਚ ਇਹਦੀ ਡਿਮਾਂਡ ਹੀ ਹੋਈ ਹੋਈ ਨਹੀਂ ਰਹੀ। ਔਰ ਰੋਜ਼ ਦਾ ਮੇਰੇ ਖਿਆਲ 'ਚ ਸ਼ਾਇਦ ਕਰੋੜਾਂ ਹੀ ਪੀਸ ਬਾਹਰੋਂ ਆਉਂਦਾ ਸੀਗਾ, ਜੇ ਅੱਜ ਇੱਥੇ ਬਣਾ ਲਿਆ ਜਾਏ ਕੰਮ ਥੋੜ੍ਹੀ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਹੁੰਦੀਆਂ ਸੀ, ਗਵਰਨਮੈਂਟ ਦੀਆਂ ਪੋਲਿਸੀਆਂ ਚੇਂਜ ਹੋਣਗੀਆਂ, ਆਪਾਂ ਨੂੰ ਉਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਜਿਹੜੀਆਂ ਬਾਹਰੋਂ ਆਉਂਦੀਆਂ। ਬਹੁਤ ਸਾਰੀਆਂ ਆਈਟਮਾਂ ਨੇ ਤੁਸੀਂ ਦੇਖ ਲਓ, ਚਾਈਨਾ ਤੋਂ ਆ ਰਹੀਆਂ, ਚਾਈਨਾ ਤੋਂ ਆ ਰਹੀਆਂ, ਸਾਡਾ ਮੂੰਹ ਥੱਕ ਗਿਆ, ਚਾਈਨਾ ਦੀ ਦੇ ਦਿੱਤੀ, ਚਾਈਨਾ ਦੀ ਸਸਤੀ ਹੈ, ਕਿਉਂ ਨਹੀਂ ਅਸੀਂ ਬਣਾ ਸਕਦੇ। ਮੈਂ ਤਾਂ ਜਦੋਂ ਵੀ ਪੜ੍ਹਦੇ ਲਗਾਉਂਦਾ ਇੱਥੇ ਆਈਟਮਾਂ ਦੇਖਦਾ ਹੈ, ਔਰ ਆਈਟਮ ਸਾਨੂੰ ਇੱਥੇ ਇੰਡੀਆ 'ਚ ਸਸਤੀ ਪੈਂਦੀ ਹੈ। ਅਸੀਂ ਜੋ ਮੋਲਡ ਬਣਾਉਂਦੇ ਹਾਂ, ਅਸੀਂ ਆਪਣੀ ਆਈਟਮ ਚਾਈਨਾ ਨਾਲ ਸਸਤੀ ਪਾਉਂਦੇ ਹਾਂ ਜੀ, ਸਾਨੂੰ ਇੰਨਾ ਪਤਾ, ਔਰ ਕੁਆਲਿਟੀ ਸਾਡੀ ਪਤਾ। ਕਿ ਜਿਸ ਤਰ੍ਹਾਂ ਹੀ ਹੁਣ ਸਿਟੀ ਲਾਈਫ ਦੇ ਰਾਹੀਂ ਸਾਡਾ ਨੌਜਵਾਨ ਦਰਸ਼ਕ ਤੁਹਾਡੀ ਇਹ ਗੱਲਬਾਤ ਦੇਖੇਗਾ ਔਰ ਸੁਣੇਗਾ, ਔਰ ਸਾਨੂੰ ਇਸ ਚੀਜ਼ ਦਾ ਵਿਸ਼ਵਾਸ ਹੈ ਕਿ ਉਹਨਾਂ ਦੀ ਪਹਿਲੀ ਕਾਲ ਇਹ ਆਉਣੀ ਹੈ ਕਿ ਮਠਾੜੂ ਸਾਹਿਬ ਦਾ ਫਾਈਨੈਂਸ਼ਲੀ ਸੈੱਟ ਨੇ, ਇਸ ਲਈ ਉਹਨਾਂ ਨੂੰ ਗੱਲਾਂ ਆਉਂਦੀਆਂ ਨੇ, ਕਿਉਂਕਿ ਸਾਡੇ ਪੰਜਾਬੀ ਨੌਜਵਾਨਾਂ ਦੀ ਇਹ ਸੋਚ ਹੈ ਕਿ ਕਿਸੇ ਵੀ ਬਿਜ਼ਨਸ ਨੂੰ ਸਟੈਂਡ ਕਰਨ ਲਈ ਪਹਿਲਾਂ ਇਨਵੈਸਟਮੈਂਟ ਜ਼ਰੂਰੀ ਹੈ। ਉਸ ਬਾਰੇ ਤੁਸੀਂ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਜਿਸ ਦਿਨ ਮੈਂ ਕੰਮ ਸਟਾਰਟ ਕੀਤਾ ਸੀ ਮੇਰੇ ਕੋਲ ਪੈਸੇ ਨਹੀਂ ਸੀ, ਮੇਰੇ ਕੋਲ ਇੱਕ 14,000 ਰੁਪਈਆ ਸੀ ਜਦੋਂ ਮੈਂ ਕੰਮ ਸਟਾਰਟ ਕੀਤਾ ਸੀ। ਇਸ ਤੋਂ ਬਾਅਦ ਮੈਂ ਕਿਹਾ ਸੀ ਸਿਟੀ ਲਾਈਫ ਕਰੀਏ, ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਜੋ ਸੰਦੇਸ਼ ਅਸੀਂ ਦੇਣਾ ਚਾਹੁੰਦੇ ਹਾਂ ਉਹ ਮਠਾੜੂ ਸਾਹਿਬ ਨੇ ਦੇ ਦਿੱਤਾ ਕਿ ਪੰਜਾਬੀ ਨੌਜਵਾਨਾਂ ਤੁਹਾਡੇ ਸਿਰਫ ਜਾਗਣ ਦੀ ਦੇਰ ਹੈ, ਚੀਪ ਐਂਡ ਬੈਸਟ ਚੀਜ਼, ਚੀਪ ਚੀਜ਼ ਜ਼ਰੂਰ, ਚੀਪ ਪ੍ਰੋਡਕਟ ਜ਼ਰੂਰ ਚਾਈਨਾ ਤੋਂ ਆ ਜਾਏਗਾ, ਬਟ ਉਹ ਬੈਸਟ ਨਹੀਂ ਹੋਏਗਾ। ਆਪਾਂ ਇੰਡੀਆ ਦੇ ਵਿੱਚ, ਆਪਾਂ ਪੰਜਾਬ ਦੇ ਵਿੱਚ ਚੀਪ ਐਂਡ ਬੈਸਟ ਪ੍ਰੋਡਕਟ ਦੇ ਸਕਦੇ ਹਾਂ। ਔਰ ਜੇਕਰ ਇਨਵੈਸਟਮੈਂਟ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮਠਾੜੂ ਸਾਹਿਬ ਪਹਿਲਾਂ ਆਪਣੇ ਕੰਮ ਨੂੰ ਆਪਣਾ ਸਮਾਂ ਹੀ ਇਨਵੈਸਟ ਕਰਨਾ ਪੈਂਦਾ, ਫਾਈਨੈਂਸ਼ੀਅਲੀ ਤਾਂ ਬਾਅਦ ਦੀਆਂ ਗੱਲਾਂ ਨੇ। ਤੁਹਾਡੇ ਦਿਮਾਗ ਦੇ ਵਿੱਚ ਇੱਕ ਆਈਡੀਆ ਹੋਣਾ ਚਾਹੀਦਾ, ਯੂਨੀਕ ਹੋਣਾ ਚਾਹੀਦਾ, ਤੁਸੀਂ ਚੰਗਾ ਸੋਚ ਕੇ ਜਦੋਂ ਚੱਲਦੇ ਹੋ ਪੈਸਾ ਵੀ ਆ ਜਾਂਦਾ, ਸਭ ਕੁਛ ਆ ਜਾਂਦਾ। ਪੈਸਾ ਜੇ ਪਹਿਲਾਂ ਸੋਚਾਂਗੇ ਫਿਰ ਅਸੀਂ ਕੰਮ ਨਹੀਂ ਕਰ ਸਕਦੇ, ਪਹਿਲਾਂ ਤਾਂ ਸਾਨੂੰ ਇਹਨਾਂ ਹੱਥਾਂ ਨਾਲ ਕੰਮ ਕਰਨ ਦੀ ਲੋੜ ਪੈਂਦੀ ਹੈ। ਕੋਈ ਜ਼ਰੂਰੀ ਨਹੀਂ ਹੁੰਦੀ ਕਿ ਅਸੀਂ ਬਹੁਤ ਵੱਡੀ ਫੈਕਟਰੀ ਪਹਿਲੇ ਲਾ ਕੇ ਬੈਠਣਾ ਹੁੰਦਾ, ਪਹਿਲਾਂ ਤਾਂ ਤੁਸੀਂ ਪ੍ਰੋਡਕਟ ਤਿਆਰ ਕਰਕੇ ਸੈਂਪਲ ਤਾਂ ਤਿਆਰ ਕਰੋ। ਜਦੋਂ ਤੁਸੀਂ ਮਾਰਕੀਟ 'ਚ ਲੈ ਕੇ ਜਾਂਦੇ ਹੋ, ਸੈਂਪਲ ਲੈ ਕੇ ਜਾਂਦੇ ਹੋ, ਤੁਹਾਡੀ ਉਹਦੀ ਮੰਗ ਬਣਦੀ ਹੈ, ਫਿਰ ਤੁਹਾਨੂੰ ਰਸਤੇ ਵੀ ਮਿਲ ਜਾਂਦੇ ਨੇ ਜੀ, ਕਿਉਂਕਿ ਤੁਹਾਨੂੰ ਪਤਾ ਹੁੰਦਾ ਹੈ ਕਿ ਹੁਣ ਇਹਦੇ ਪੈਸੇ ਵੀ ਮਿਲ ਜਾਣੇ ਨੇ ਜਦੋਂ ਮਾਰਕੀਟ 'ਚ ਲੈ ਕੇ ਜਾਓਗੇ, ਇਸ ਤਰ੍ਹਾਂ ਕੰਮ ਚੱਲਦਾ। ਸੋ ਸਭ ਇਹਦੇ 'ਚ ਕੰਮ, ਜੇ ਅਸੀਂ ਸੋਚੀਏ ਕਿ ਫੈਕਟਰੀ ਪਹਿਲਾਂ ਲੱਗੇਗੀ, ਫਿਰ ਸਾਡਾ ਦਫ਼ਤਰ ਬਣੇਗਾ, ਫਿਰ ਉਹਦੇ ਵਿੱਚ ਬਾਹਰ ਇੱਕ ਗੋਰਖਾ ਬੈਠੇਗਾ, ਫਿਰ ਕੰਮ ਚੱਲੇਗਾ, ਇਸ ਤਰ੍ਹਾਂ ਕੰਮ ਨਹੀਂ ਚੱਲਦਾ ਜੀ। ਔਰ ਸਿਟੀ ਲਾਈਫ ਚੈਨਲ ਦੇ ਜ਼ਰੀਏ ਅਸੀਂ ਚਾਹੁੰਦੇ ਕਿ ਸਾਡੇ ਦਰਸ਼ਕਾਂ ਨਾਲ ਤੁਸੀਂ ਕਰੋਨਾ ਵਾਇਰਸ ਮਹਾਮਾਰੀ ਤੋਂ ਬਚਾਅ ਦੇ ਲਈ ਸੰਦੇਸ਼ ਦਿਓ। ਦੇਖੋ ਜੀ, ਬਚਾਓ ਵਾਸਤੇ ਤਾਂ ਇਹ ਹੈ ਕਿ ਡਿਸਟੈਂਸ ਬਣਾ ਕੇ ਰੱਖੋ, ਜੋ ਗਵਰਨਮੈਂਟ ਦੀਆਂ ਗਾਈਡਲਾਈਨਸ ਨੇ ਉਹਨਾਂ ਨੂੰ ਫੋਲੋ ਕਰੋ, ਇਹੀ ਸਭ ਤੋਂ ਵੱਡਾ ਸੰਦੇਸ਼ ਹੈ ਕਿ ਬਚਾਅ ਜੀ ਬਚਾਅ ਹੈ। ਮਠਾੜੂ ਸਾਹਿਬ, ਅੰਤ ਦੇ ਵਿੱਚ ਅਸੀਂ ਚਾਹਾਂਗੇ ਕਿ ਸਿਟੀ ਲਾਈਫ ਚੈਨਲ ਦੇ ਜ਼ਰੀਏ ਤੁਸੀਂ ਜਿਹੜੀ ਇੰਡਸਟਰੀ ਦੇ ਸੀ ਇਸ ਵਕਤ ਦਿਮਾਗੀ ਪਰੇਸ਼ਾਨੀ ਵਿੱਚ ਨਹੀਂ ਕਿ ਪ੍ਰਵਾਸੀ ਬਾਹਰ ਜਾ ਰਿਹਾ ਹੈ, ਔਰ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਦੇਖੋ ਜੀ, ਸੰਦੇਸ਼ ਤਾਂ ਮੈਨੂੰ ਮੇਰਾ ਇਹੀ ਅਨੁਭਵ ਕਿ ਅਸੀਂ ਕੋਸ਼ਿਸ਼ ਕਰੀਏ ਕਿ ਪੰਜਾਬੀਆਂ ਨੂੰ ਪ੍ਰਮੋਟ ਕਰੀਏ। ਸਾਡੇ ਪਿੰਡਾਂ ਦੇ ਵਿੱਚ ਪੰਜਾਬੀ ਨੌਜਵਾਨ ਬਹੁਤ ਬੈਠਾ ਹੈ, ਸਾਡੇ ਸ਼ਹਿਰ ਦੇ ਵਿੱਚ ਵੀ ਪੰਜਾਬੀ ਨੌਜਵਾਨ ਬਹੁਤ ਬੈਠਾ ਹੈ। ਅਸੀਂ ਕੋਸ਼ਿਸ਼ ਕਰੀਏ ਕਿ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਨੌਜਵਾਨ ਕੋਲ ਜੋ ਤੁਸੀਂ ਕੰਮ ਕਰਾਓਗੇ ਤਾਂ ਇੱਕ ਤਾਂ ਉਹ ਤਰਲੇ ਨੇ, ਸਿਹਤ ਪੱਖੋਂ ਵੀ ਚੰਗੇ ਨੇ, ਦਿਮਾਗ ਪੱਖੋਂ ਵੀ ਚੰਗੇ ਨੇ, ਔਰ ਤੁਹਾਡੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਵੀ ਰਹਿਣਗੇ, ਔਰ ਅੱਖ ਦੀ ਸ਼ਰਮ ਵੀ ਰੱਖਣਗੇ, ਕਿਉਂਕਿ ਪੰਜਾਬ ਦਾ ਬੰਦਾ ਪੰਜਾਬੀ ਕੋਲ ਕੰਮ ਕਰਦਾ, ਇਹਨੂੰ ਨੇਚਰ ਨੂੰ ਵੀ ਜਾਣਦੇ ਹਾਂ। ਸੋ ਇਹਨਾਂ ਕੋਲੋਂ ਕੰਮ ਕਰਵਾਇਆ ਜਾਵੇ, ਔਰ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਆਪਣੇ ਪੰਜਾਬ ਦੀ ਸੇਵਾ ਕਰੋ, ਆਪਣੇ ਦੇਸ਼ ਦੀ ਸੇਵਾ ਕਰੋ। ਜਿਹੜੇ ਉਧਰੋਂ ਲੋਕ ਆਉਂਦੇ ਨੇ ਉਹ ਕਦੋਂ ਚਲੇ ਜਾਣਾ, ਆਪਾਂ ਦੇਖਦੇ ਹਾਂ ਕਈ ਵਾਰ ਐਡਵਾਂਸ ਦਿੱਤਾ ਜੀ, ਆਮ ਲੋਕਾਂ ਦੀ ਇਹ ਗੱਲ ਹੁੰਦੀ ਹੈ ਕਿ ਐਡਵਾਂਸ ਦਿੱਤਾ ਜੀ, ਬੰਦਾ ਰਾਤ ਨੂੰ ਦਿੱਤਾ ਤਾਂ ਸਵੇਰੇ ਭੱਜ ਗਿਆ, ਪੰਜਾਬੀ ਘੱਟੋ ਘੱਟ ਇੱਦਾਂ ਤਾਂ ਨਹੀਂ ਕਰੇਗਾ। ਉਹ ਸਾਡੇ ਕੋਲ ਕੰਮ ਕਰਦੇ ਨੇ ਪੰਜਾਬੀ, 17-17 ਸਾਲ ਹੋ ਗਏ ਨੇ ਕੰਮ ਕਰਦੇ ਨੇ, ਫਸਟ ਕਲਾਸ ਕਰ ਰਹੇ ਨੇ, ਕੋਈ ਪ੍ਰੋਬਲਮ ਨਹੀਂ ਹੈ, ਜਾਂਦੇ ਵੀ ਨੇ, ਉਹ ਜੇ ਛੁੱਟੀ ਕਰਨੀ ਉਹ ਦੱਸ ਕੇ ਕਰਨੀ ਹੈ, ਕਿਤੇ ਜਾਣਾ ਦੱਸ ਕੇ ਜਾਣ। ਉਹ 2-3 ਮਹੀਨੇ ਜਿਹੜੇ ਜਿਹੜਾ ਬੰਦਾ ਬਾਹਰ ਚਲਾ ਜਾਂਦਾ, ਪੰਜਾਬੀ ਅਗਰ ਤੁਸੀਂ ਰੱਖੋਗੇ ਉਹ 2-3 ਮਹੀਨੇ ਦੀ ਛੁੱਟੀ ਕਰਕੇ ਗਾਉਂ ਚਲੇ ਜਾਂਦੇ ਨੇ, ਪਿੰਡ ਚਲੇ ਜਾਂਦੇ ਨੇ, ਉਹ ਤਾਂ ਨਹੀਂ ਜਾਣਗੇ। ਸੋ ਇਹ ਤਾਂ ਬੈਨੀਫਿਟ ਹੈ। ਸਿਟੀ ਲਾਈਫ ਕਰੀਏ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਰੂਬਰੂ ਕਰਵਾਉਣ ਜਾ ਰਿਹਾ ਇੱਕ ਹੋਰ ਇੰਡਸਟਰੀ ਲਿਸਟ ਦੇ ਨਾਲ।